ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂਕੇ ਅਤੇ ਯੂਐਸਏ ਜਾ ਕੇ ਪੜਨ ਵਾਲੇ ਸਟੂਡੈਂਟਸ ਲਈ ਫਿਊਚਰ ਪੁਆਇੰਟ ਲੈ ਕੇ ਆਏ ਨੇ ਵਰਲਡ ਐਜੂਕੇਸ਼ਨ ਫੇਅਰ, ਜਿੱਥੇ ਉਹ ਪਾ ਸਕਦੇ ਨੇ ਔਨ ਸਪੌਟ ਅਸੈਸਮੈਂਟ ਅਤੇ ਐਪਲੀਕੇਸ਼ਨ ਫੀਸ ਉੱਪਰ 15,000 ਤੱਕ ਦੀ ਛੂਟ। ਆਈਐਲਟੀਐਸ ਕਰ ਰਹੇ ਸਟੂਡੈਂਟਸ ਵੀ ਅਪਲਾਈ ਕਰ ਸਕਦੇ ਹਨ। 1 ਜੂਨ ਹੋਟਲ ਪ੍ਰੈਜ਼ੀਡੈਂਟ, ਪੁਲਿਸ ਲਾਈਨਸ ਰੋਡ, ਜਲੰਧਰ। 2 ਜੂਨ ਐਮਕੇ ਹੋਟਲ, ਰਣਜੀਤ ਐਵੇਨਿਊ, ਅੰਮ੍ਰਿਤਸਰ। 3 ਜੂਨ ਹੋਟਲ ਬੈਨ, ਜੀਟੀ ਰੋਡ, ਮੋਗਾ। ਕਾਲ 95,920,10,000। ਸਤਿ ਸ਼੍ਰੀ ਅਕਾਲ ਜੀ, ਦੇਸ਼ ਪ੍ਰਦੇਸ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਚਾਹੇ ਕੋਈ ਦੇਸ਼ ਦੇ ਵਿੱਚ ਬੈਠਾ, ਚਾਹੇ ਪ੍ਰਦੇਸ਼ ਦੇ ਵਿੱਚ, ਹਰ ਇੱਕ ਕੋਈ ਸ਼ੋਅ ਦੇਖਦਾ ਇਸ ਉਮੀਦ ਦੇ ਨਾਲ ਵੀ ਜਿਹੜੇ ਉਹਨਾਂ ਦੇ ਮਨ ਦੇ ਵਿੱਚ ਸਵਾਲ ਨੇ ਉਹਨਾਂ ਦੇ ਬੱਚੇ ਬਾਰੇ, ਉਹਨਾਂ ਦੇ ਸਟੂਡੈਂਟਸ ਬਾਰੇ, ਅਸੀਂ ਇਹਦੇ ਵਿੱਚ ਡਿਸਕਸ ਕਰਕੇ ਤੁਹਾਡੇ ਤੱਕ ਜਵਾਬ ਪਹੁੰਚਾਵਾਂਗੇ। ਅਤੇ ਸਾਡੀ ਵੀ ਕੋਸ਼ਿਸ਼ ਇਹੀ ਰਹਿੰਦੀ ਹੈ ਰੋਜ਼ ਇੱਕ ਨਵੇਂ ਟੋਪਿਕ ਨੂੰ ਨਵੇਂ ਐਕਸਪਰਟ ਨਾਲ ਲੈ ਕੇ ਹਾਜ਼ਰ ਹੋਈਏ, ਤਾਂ ਕਿ ਵੱਧ ਤੋਂ ਵੱਧ ਜਾਣਕਾਰੀ ਜਿਹੜੀ ਦੇਸ਼ ਤੋਂ ਪ੍ਰਦੇਸ਼ ਜਾਣ ਵਾਲੇ ਸਟੂਡੈਂਟਸ ਲਈ ਜ਼ਰੂਰੀ ਹੈ ਉਹਨੂੰ ਸ਼ੇਅਰ ਕੀਤਾ ਜਾ ਸਕੇ। ਅੱਜ ਵੀ ਇਸੇ ਕੋਸ਼ਿਸ਼ ਦੇ ਤਹਿਤ ਸੱਦਾ ਦਿੱਤਾ ਗਿਆ ਜੀ ਫਿਊਚਰ ਪੁਆਇੰਟ ਤੋਂ ਲਵਿਸ਼ ਕਾਲੀਆ ਜੀ ਨੂੰ। ਪਹਿਲੇ ਸਵਾਗਤ ਕਰਦੀ ਉਹਨਾਂ ਦਾ। ਲਵਿਸ਼ ਜੀ, ਬਹੁਤ ਸਵਾਗਤ। ਧੰਨਵਾਦ ਅਮਨ ਜੀ, ਅਤੇ ਇਸ ਪ੍ਰੋਗਰਾਮ ਨੂੰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਲਵਿਸ਼ ਜੀ, ਕਾਫੀ ਲੰਬੇ ਮੇਰੇ ਖਿਆਲ ਸਮੇਂ ਅਰਸੇ ਤੋਂ ਬਾਅਦ ਇਸ ਸ਼ੋਅ ਦੇ ਵਿੱਚ ਜੁੜੇ ਨੇ, ਅਤੇ ਕੋਸ਼ਿਸ਼ ਕਰਾਂਗੇ ਉਹਨਾਂ ਦੇ ਐਕਸਪੀਰੀਅੰਸ, ਉਹਨਾਂ ਦੀ ਜਿਹੜੀ ਐਕਸਪਰਟਾਈਜ਼ ਹੈ, ਉਹਦਾ ਫਾਇਦਾ ਤੁਹਾਨੂੰ ਪਹੁੰਚਾ ਸਕੀਏ, ਤਾਂ ਕਿ ਇਹਨਾਂ ਨਾਲ ਜਿਹੜੇ ਸਵਾਲ ਸ਼ੇਅਰ ਹੋਣਗੇ ਉਹਨਾਂ ਤੋਂ ਜਵਾਬ ਜਿਹੜੇ ਤੁਸੀਂ ਘਰ ਬੈਠਿਆਂ ਹੀ ਲੈ ਸਕੋ, ਅਤੇ ਆਪਣੇ ਅਸੈਸਮੈਂਟ ਜਿਹੜੀ ਉਹ ਤੁਸੀਂ ਘਰ ਬੈਠੇ ਕਰ ਸਕੋ। ਟੋਪਿਕ ਅੱਜ ਰਹਿਣਗੇ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਕੈਨੇਡਾ, ਤਿੰਨਾਂ ਬਾਰੇ ਡਿਸਕਸ਼ਨ ਕੀਤੀ ਜਾਏਗੀ। ਬੱਚੇ ਆਲਮੋਸਟ ਸਾਰੇ ਰਿਜ਼ਲਟਸ ਆਊਟ ਹੋ ਚੁੱਕੇ, ਰਿਜ਼ਲਟ ਉਹਨਾਂ ਦੇ ਹੱਥ ਵਿੱਚ ਨੇ, ਬੱਚੇ ਜਾਣਦੇ ਨੇ ਆਪਣੇ ਕਿੰਨੇ ਮਾਰਕਸ ਨੇ। ਸੋ ਅਸੈਸਮੈਂਟ ਲਈ ਤੁਸੀਂ ਇਹਨਾਂ ਦੇ ਨੰਬਰਾਂ 'ਤੇ ਵੀ ਕਾਲ ਕਰ ਸਕਦੇ ਹੋ। ਅਤੇ ਖਾਸ ਇੱਕ ਉਪਰਾਲਾ ਇਹਨਾਂ ਵੱਲੋਂ ਸੈਮੀਨਾਰਸ ਦਾ ਵੀ ਕੀਤਾ ਜਾ ਰਿਹਾ, 1 ਜੂਨ ਜਲੰਧਰ, 2 ਜੂਨ ਅੰਮ੍ਰਿਤਸਰ ਅਤੇ 3 ਜੂਨ ਮੋਗਾ। ਤਿੰਨੋਂ ਜਗ੍ਹਾ 'ਤੇ ਸੈਮੀਨਾਰਸ ਨੇ, ਤੁਸੀਂ ਉੱਥੇ ਵੀ ਵਿਜ਼ਿਟ ਕਰਕੇ ਫਰੀ ਆਫ ਕੋਸਟ ਐਂਟਰੀ ਹੈ, ਫਰੀ ਆਫ ਕੋਸਟ ਅਸੈਸਮੈਂਟ ਲਈ ਇਹਨਾਂ ਤੱਕ ਜਿਹੜਾ ਰਾਬਤਾ ਕਾਇਮ ਕਰ ਸਕਦੇ ਹੋ। ਸ਼ੁਰੂਆਤ ਕਰਦੇ ਹਾਂ ਆਸਟ੍ਰੇਲੀਆ ਤੋਂ। ਲਾਸਟ ਇਹਨਾਂ ਦੀ ਇੱਕ ਅਪਡੇਟ ਸੀਗੀ, ਗੱਲਬਾਤ ਹੋ ਰਹੀ ਸੀ ਵੀ ਅੰਬੈਸੀ ਦੇ ਵਿੱਚ ਨੇ, ਲਵਿਸ਼ ਜੀ, ਜਦੋਂ ਅੰਬੈਸੀ ਨੇ ਮੀਟਿੰਗ ਬੁਲਾਈ ਸੀ ਸਾਰੇ ਕੰਸਲਟੈਂਟਸ ਦੀ ਜਿਹੜੇ ਉਹਨਾਂ ਦੇ ਆਥੋਰਾਈਜ਼ ਨੇ, ਜਿਹਦੇ ਵਿੱਚ SSVF ਨੂੰ ਇੰਟਰੋਡਿਊਸ ਕੀਤਾ ਗਿਆ, ਉਹਦੇ ਬਾਰੇ ਜਾਣਕਾਰੀ ਦਿੱਤੀ ਗਈ। ਕੀ ਅਪਡੇਟਸ ਨੇ, ਕਿਉਂਕਿ ਅੱਜ ਸੇਲ ਹੋਣਾ ਤਾਂ ਸ਼ੁਰੂ ਹੋ ਗਿਆ SSVF, ਬੜਾ ਸੌਖਾ ਲੱਗਦਾ ਵੀ ਸਟ੍ਰੀਮਲਾਈਨ ਸਟੂਡੈਂਟ ਵੀਜ਼ਾ ਜਿਹੜੀ ਹੈਗੀ ਹੈ ਇਹਦਾ, ਪਰ ਇਹਦਾ ਐਕਚੁਅਲ ਦੇ ਵਿੱਚ ਰਿਜ਼ਲਟ ਕੀ ਰਹਿਣਗੇ, ਕੀ ਕਹਿਣਾ, ਕੀ ਅਪਡੇਸ਼ਨਸ ਨੇ? ਸਰ, ਅਪਗ੍ਰੇਡੇਸ਼ਨਸ ਨੂੰ ਅਗਰ ਆਪਾਂ ਲੈ ਕੇ ਚੱਲੀਏ ਮਨ ਜੀ, ਗੱਲ ਕਰੀਏ, ਸੇਮ ਜਿਸ ਤਰ੍ਹਾਂ ਤੁਸੀਂ ਕਹਿਤਾ ਕਿ ਉਹ ਸੇਲ ਹੋਣਾ ਸ਼ੁਰੂ ਹੋ ਗਿਆ ਜਾਂ ਜੋ ਵੀ ਹੈ, ਬੇਸਿਕਲੀ ਜਿੰਨੇ ਵੀ ਉਸ ਮੀਟਿੰਗ ਦੇ ਦੌਰਾਨ ਉੱਥੇ ਕੰਸਲਟੈਂਟ ਅਵੇਲੇਬਲ ਸੀਗੇ ਅੰਬੈਸੀ ਦੇ ਅੰਦਰ, ਏਰੀ ਮੈਂਬਰ ਸੀਗੇ ਸਾਰੇ ਦੇ ਸਾਰੇ ਉੱਥੇ, ਸੋ ਉਹਨਾਂ ਦੇ ਵਿੱਚੋਂ ਤਾਂ ਕਿਸੇ ਨੇ ਵੀ ਹਾਲੇ ਉਹਨੂੰ ਐਡਵਰਟਾਈਜ਼ ਨਹੀਂ ਕਰਨਾ ਸ਼ੁਰੂ ਕੀਤਾ ਜਾਂ ਕੁਛ ਵੀ ਆ, ਬਟ ਜਿਹਨਾਂ ਨੂੰ ਪਤਾ ਲੱਗਾ ਕਿ ਹਾਂ ਆਸਟ੍ਰੇਲੀਆ 4.5 ਬੈਂਡ 'ਤੇ ਵੀ ਜਾਏਗਾ, ਪੁਰਾਣੇ ਫੰਡਾਂ ਦੀ ਲੋੜ ਨਹੀਂ ਪਏਗੀ ਜਾਂ ਵਟ ਐਵਰ ਇਟ ਇਜ਼, ਹੈ ਨਾ, ਕੁਛ ਨਵੇਂ ਕਾਲਜਿਸ ਆ ਜਿਹੜੇ ਪ੍ਰਾਈਵੇਟ ਪ੍ਰੋਵਾਈਡਰਸ ਵੀ ਉਹਦੇ ਵਿੱਚ ਅਸੈਸਮੈਂਟ ਲੈਵਲ 1 ਦੇ ਵਿੱਚ ਆ ਜਾਣਗੇ, ਉਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਉਹ ਸਾਰੇ ਲੋਕਾਂ ਨੇ ਉਹਨੂੰ ਪ੍ਰਮੋਟ ਕਰਨਾ ਅੱਜ ਤੋਂ ਹੀ ਸ਼ੁਰੂ ਕਰਤਾ, ਜੋ ਕਿ ਹਮੇਸ਼ਾ ਗੱਲ ਹੁੰਦੀ ਆ ਕਿ ਜਿਹਨਾਂ ਦੇ ਥਰੂ ਪ੍ਰੋਡਕਟ ਲਾਂਚ ਹੋਣਾ ਆ ਉਹ ਹਲੇ ਕਾਫੀ ਹੱਦ ਤੱਕ ਪਿੱਛੇ ਰਹਿ ਜਾਂਦੇ ਨੇ, ਜਾਂ ਉਹ ਬੇਸਿਕਲੀ ਉਹ ਲੋਕ ਕੀ ਕਰਦੇ ਨੇ, ਪਿੱਛੇ ਨਹੀਂ ਰਹਿੰਦੇ ਨੇ, ਉਹਦੀ ਤਹਿ ਤੱਕ ਉਹਨੂੰ ਪ੍ਰੈਕਟੀਕਲੀ ਸ਼ੇਪ ਦੇਣ ਵਾਸਤੇ ਉਹਦੀ ਪ੍ਰੋਪਰ ਪ੍ਰਿਪਰੇਸ਼ਨ ਕਰਦੇ ਨੇ, ਪ੍ਰੋਪਰ ਅੰਡਰਸਟੈਂਡਿੰਗ ਕਰਦੇ, ਹਾਂ, ਕਿ ਬੇਸਿਕਲੀ ਇਹਦਾ ਰਿਜ਼ਲਟ ਆਏਗਾ ਕੀ, ਕਿ ਠੀਕ ਹੈ ਇੱਕ ਚੀਜ਼ ਲਾਂਚ ਹੋਈ ਆ, ਪ੍ਰੋਗਰਾਮ ਨਵਾਂ ਲਾਂਚ ਹੋਇਆ ਵਾ, ਆਸਟ੍ਰੇਲੀਅਨ ਹਾਈ ਕਮਿਸ਼ਨ ਨੇ ਲਾਂਚ ਕੀਤਾ ਆ, ਬਟ ਉਹਦੇ ਕੀ ਜਿਹੜੇ ਹੈ ਫਰਦਰ ਜਾ ਕੇ ਆਪਾਂ ਨੂੰ ਉਹਦੇ ਰਿਜ਼ਲਟਸ ਕੀ ਮਿਲਣਗੇ। ਸੋ ਉਹਦੀ ਸਾਰੀ ਦੇ ਉੱਤੇ ਹਰ ਇੱਕ ਬੰਦਾ ਆਪਣੀ ਜਿਹੜੀ ਹੈਗੀ ਆ ਅੱਜ ਦੀ ਡੇਟ ਦੇ ਵਿੱਚ ਖੁਦ ਦੀ ਐਜੂਕੇਸ਼ਨ ਕੰਪਲੀਟ ਕਰ ਰਿਹਾ ਵਾ ਕਿ ਹਾਂ ਕੀ ਬੱਚੇ ਨੂੰ ਅੱਗੇ ਪ੍ਰੋਵਾਈਡ ਕਰਨਾ ਆ। ਜਿਹੜਾ SVP ਸੀ ਉਹ ਜਦੋਂ ਇੰਟਰੋਡਿਊਸ ਹੋਇਆ ਉਦੋਂ ਵੀ ਏਰੀ ਮੈਂਬਰਸ ਨੇ ਬੜਾ ਸਬਲ ਕੇ ਉਹਨੂੰ ਐਡਵਰਟਾਈਜ਼ ਕੀਤਾ। ਬਿਲਕੁਲ, ਸੋ ਬੇਸਿਕਲੀ ਕੀ ਹੈ ਕਿ ਜਿਹੜੇ ਹਾਈ ਕਮਿਸ਼ਨ ਦੇ ਨਾਲ ਅਟੈਚਡ ਨੇ ਏਰੀ ਮੈਂਬਰ ਜਿੰਨੇ ਨੇ ਉਹ ਸਾਰੇ ਦੇ ਸਾਰੇ ਜਦੋਂ ਵੀ ਕੋਈ ਵੀ ਪ੍ਰੋਡਕਟ ਨੂੰ ਲੈ ਕੇ ਮਾਰਕੀਟ ਦੇ ਵਿੱਚ ਲਾਂਚ ਕਰਨਗੇ ਉਹ ਸਾਰੇ ਦੇ ਸਾਰੇ ਰੂਲਸ ਐਂਡ ਰੈਗੂਲੇਸ਼ਨਸ ਨੂੰ ਆਪਣੇ ਧਿਆਨ ਦੇ ਵਿੱਚ ਰੱਖਦੇ ਹੋਏ ਹੀ ਉਹਨੂੰ ਪ੍ਰੈਜੈਂਟ ਕਰਨਗੇ। ਸੇਮ ਅਗਰ ਅੱਜ SSVF ਆਇਆ ਵਾ, ਹਲੇ ਮੇਰੇ ਖਿਆਲ ਦੇ ਨਾਲ ਸ਼ਾਇਦ ਹੀ SSVF ਦੀ ਗੱਲ ਕਰੀਏ ਅਗਰ, ਤੇ ਕਿਸੇ ਏਰੀ ਮੈਂਬਰ ਨੇ ਉਹਨੂੰ ਪ੍ਰੋਡਕਟ ਨੂੰ ਲਾਂਚ ਕੀਤਾ ਹੋਵੇ ਜਾਂ ਕੁਛ ਵੀ ਆ, ਕੀਤਾ ਵੀ ਹੋਏਗਾ ਮੈਂ ਇਹ ਨਹੀਂ ਕਹਿ ਰਿਹਾ, ਬਟ ਉਹ ਇੱਕ ਤਰੀਕੇ ਦੇ ਨਾਲ, ਠੀਕ ਹੈ, ਉਹਦੀ ਜਗ੍ਹਾ ਤੇ ਨੋਰਮਲ ਕੋਈ ਵੀ ਕੰਸਲਟੈਂਟ ਆ ਜਾਂ ਕੁਛ ਵੀ ਆ, ਉਹਦੀ ਐਡਵਰਟਾਈਜ਼ਮੈਂਟ ਸ਼ੁਰੂ ਹੋਣੀ ਜੋ ਸ਼ੁਰੂ ਹੋ ਚੁੱਕੀ ਆ, ਆਸਟ੍ਰੇਲੀਆ ਜਾਓ 4.5 ਬੈਂਡ ਦੇ ਨਾਲ, ਉਹ ਜਿਹੜੀ ਹੈਗੀ ਆ ਟੋਟਲੀ ਗਲਤ ਹੈ, ਫੰਡਾਂ ਦੀ ਲੋੜ ਨਹੀਂ, ਉਹ ਟੋਟਲੀ ਗਲਤ ਚੀਜ਼ਾਂ ਆ। ਮੇਰੀ ਆਫ ਦੀ ਰਿਕਾਰਡ ਗੱਲ ਹੋ ਰਹੀ ਸੀ ਸ਼ੋਅ ਸ਼ੁਰੂ ਹੋਣ ਤੋਂ ਪਹਿਲੇ, ਅਸੀਂ ਜਦੋਂ ਬੈਠੇ ਸੀਗੇ, ਮੈਂ ਕਿਹਾ ਸਰ ਬਈ ਈਜ਼ੀ ਕਰਾ ਆਏ ਹੋ ਸਟੂਡੈਂਟ ਵੀਜ਼ਾ, ਵੀ ਕੀ ਉਹਦਾ ਰਿਜ਼ਲਟ ਨੇ ਜਿਹੜਾ SVP ਤੋਂ ਹੁਣ SSVF ਹੋ ਰਿਹਾ, ਜਿਹੜਾ SSVF ਹੈ ਉਹਨੂੰ ਬੜਾ ਇਸ ਤਰ੍ਹਾਂ ਐਡਵਰਟਾਈਜ਼ ਕੀਤਾ ਜਾ ਰਿਹਾ ਜਿਵੇਂ ਲਵੀ ਜੀ ਦੱਸ ਰਹੇ 4.5 ਬੈਂਡ, ਨੋ ਫੰਡਸ। ਇੱਕੋ ਹੀ ਜਵਾਬ ਸੀ ਵੀ ਬਹੁਤ ਸੌਖਾ ਨਹੀਂ ਹੈ ਵੀਜ਼ਾ, ਬੜਾ ਸੰਭਲ ਕੇ ਲੈਣਾ ਪੈਣਾ ਅਤੇ ਚੰਗੀ ਪ੍ਰੋਫਾਈਲ ਦਾ ਆਏਗਾ। ਬਿਲਕੁਲ, ਜੋ ਹਮੇਸ਼ਾ ਇੱਕ ਨਵਾਂ ਪ੍ਰੋਡਕਟ ਜਦੋਂ ਵੀ ਲਾਂਚ ਹੁੰਦਾ ਹੈ ਨਾ, ਹਰ ਇੱਕ ਦੇ ਮਨ ਦੇ ਵਿੱਚ ਆ ਜਾਂਦਾ ਆ ਨਵੀਂ ਚੀਜ਼ ਖੁੱਲੀ ਆ, ਇਹਦੇ ਵਿੱਚ ਪਤਾ ਨਹੀਂ ਇੰਨਾ ਕੁ ਬੱਚਾ ਪਾ ਦਿਓ, ਇੰਨਾ ਕੁ ਬੱਚਾ ਪਾ ਦਿਓ, ਵੀਜ਼ੇ ਸ਼ੁਰੂ ਜੀ ਆਣੇ ਹਰੇ। ਸੋ
ਇਹੋ ਜਿਹਾ ਕੁਛ ਨਹੀਂ ਆ, ਜਿੰਨੇ SSVF ਦੇ ਅੰਡਰ ਵੀ ਜਿਹੜੇ ਬੱਚਿਆਂ ਨੂੰ ਵੀਜ਼ਾ ਮਿਲਣਗੇ ਇੱਕ ਚੰਗੀਆਂ ਪ੍ਰੋਫਾਈਲਸ ਨੂੰ ਹੀ ਮਿਲਣਗੇ। ਮੇਰੇ ਖਿਆਲ ਨਾਲ ਜਿਹੜਾ ਸਿੰਪਲੀਫਾਈਡ ਸਟੂਡੈਂਟ ਵੀਜ਼ਾ ਫਰੇਮ ਨਾਮ ਹੈ ਨਾ, ਮਾਪਿਆਂ ਨੂੰ ਬੱਚੇ ਨੂੰ ਆਪ ਸਮਝਣ ਦੀ ਜ਼ਰੂਰਤ ਆ, ਕਿਉਂਕਿ ਬਹੁਤ ਸਾਰੇ ਬੱਚੇ ਇਹੋ ਜਿਹੇ ਨੇ ਜਾਂ ਪੇਰੈਂਟਸ ਇਹੋ ਜਿਹੇ ਨੇ ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਜਾਂ ਬੱਚਿਆਂ ਨੇ ਖੁਦ ਆਪਦੇ ਵੀਜ਼ੇ ਆਲਰੇਡੀ ਆਸਟ੍ਰੇਲੀਆ ਅਪਲਾਈ ਵੀ ਕਰਾਏ ਸੀ ਤੇ ਬਹੁਤ ਸਾਰੀ ਰਿਫਿਊਜ਼ਲ ਰੇਸ਼ੋ ਜਿਹੜੀ ਆ ਆਲਰੇਡੀ ਪੁਰਾਣੀ ਹੈਗੀ ਆ, ਬਿਲਕੁਲ ਹੈਗੀ ਆ। ਅਗਰ ਤੁਹਾਡੇ ਸਾਰਿਆਂ ਦੇ ਕੋਲੋਂ ਰਿਜ਼ਲਟ ਹੈਗੇ ਆ, ਤੁਹਾਨੂੰ ਉੱਥੋਂ ਹੀ ਸਮਝ ਲੈਣਾ ਚਾਹੀਦਾ ਹੈ ਕਿ ਅੱਜ ਤੁਸੀਂ ਫਿਰ ਕਿਸੇ ਦੇ ਮਗਰ ਲਾ ਕੇ ਉਸ ਭੇਡ ਚਾਲ ਦੇ ਵਿੱਚ ਨਾ ਫਸੋ। ਹੁਣ ਉੱਥੇ ਜਦੋਂ SSVF ਬਾਰੇ ਜਿਹੜਾ ਸਿੰਪਲੀਫਾਈਡ ਸਟੂਡੈਂਟ ਵੀਜ਼ਾ ਫਰੇਮ ਹੈ ਉਹਦੇ ਬਾਰੇ ਡਿਸਕਸ਼ਨ ਤਾਂ ਹੋਈ, ਪੰਜਾਬ ਬੋਰਡ ਬਾਰੇ ਵੀ ਡਿਸਕਸ਼ਨ ਹੋਈ, ਸਵਾਲ ਉਠਾਏ ਗਏ ਉਹਦੇ ਵਿੱਚ? ਪੰਜਾਬ ਬੋਰਡ ਦੀ ਕੋਈ ਡਿਸਕਸ਼ਨ ਨਹੀਂ ਹੋਈ ਸੀ, ਬੇਸਿਕਲੀ ਉਹ ਇੱਕ ਪ੍ਰੈਜੈਂਟੇਸ਼ਨ ਸੀ, ਫਿਰ ਇੱਕ ਟ੍ਰੇਨਿੰਗ ਸੈਸ਼ਨ ਸੀਗਾ ਜਿਹਦੇ ਵਿੱਚ ਕਿ ਜਿੰਨੇ ਕੰਸਲਟੈਂਟ ਨੇ ਉਹਨਾਂ ਨੂੰ ਜਿਹੜਾ ਨਵਾਂ ਪ੍ਰੋਗਰਾਮ ਇੱਕ ਲਾਂਚ ਹੋ ਰਿਹਾ ਵਾ ਉਹਦੀਆਂ ਸਲਾਈਡਸ ਦਿੱਤੀਆਂ ਗਈਆਂ, ਉਹਦੇ ਵਾਸਤੇ ਸਾਰੇ ਦਾ ਸਾਰਾ ਜੋ ਉਹਨਾਂ ਨੇ ਇੱਕ ਪ੍ਰੈਜੈਂਟੇਸ਼ਨ ਪ੍ਰਪੇਅਰ ਕੀਤੀ ਸੀ ਉਹਦੇ ਉੱਤੇ ਦੱਸਿਆ, ਫਿਰ ਉਹ SSVF ਦੇ ਵਿੱਚ ਹੀ ਜੋ ਜੋ ਚੀਜ਼ਾਂ ਦੀ ਇਨਕੁਆਇਰੀ ਸੀਗੀ ਉਹ ਕੁਐਸਚਨਸ ਜਨਰੇਟ ਹੋਏ ਸੀ। ਪੰਜਾਬ ਬੋਰਡ ਨੂੰ ਲੈ ਕੇ ਏਰੀ ਮੈਂਬਰਸ ਦਾ ਇਸ ਟਾਈਮ ਕੀ ਆਪਸ ਦੇ ਵਿੱਚ ਮਸ਼ਵਰਾ ਹੋਇਆ, ਫਾਈਲਿੰਗ ਕਰਨਗੇ ਨਹੀਂ ਕਰਨਗੇ, ਅੰਬੈਸੀ ਲਏਗੀ ਨਹੀਂ ਲਏਗੀ? ਦੇਖੋ ਅੰਬੈਸੀ ਨੇ ਅਗਰ ਆਪਾਂ ਗੱਲ ਕਰੀਏ ਤੇ DABT ਦੀ ਗੱਲ ਕਰੀਏ ਤੇ ਉਹਨਾਂ ਨੇ ਕਲੀਅਰ ਕਰਤਾ ਸੀ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਜਿਹੜੇ ਐਪਲੀਕੇਸ਼ਨਸ ਨੇ ਉਹ ਲਿੱਤੇ ਜਾਣਗੇ, ਬਟ ਅਗਰ ਅੱਜ ਦੀ ਡੇਟ ਦੇ ਵਿੱਚ ਸਭ ਤੋਂ ਪਹਿਲਾਂ ਦੇਖੀਏ ਤੇ ਯੂਨੀਵਰਸਿਟੀ ਦੇ ਵਿੱਚ ਜਾਂ ਇੱਕ ਕਾਲਜ ਦੇ ਵਿੱਚ ਜਦੋਂ ਐਡਮਿਸ਼ਨ ਲੈਣੀ ਆ, ਜੇ ਤੇ ਉਹ ਬੱਚੇ ਦੀ ਪਰਸੈਂਟੇਜ ਚੰਗੀ ਹੈਗੀ ਆ, ਅਗਰ ਉਹ ਆਪਾਂ ਪਹਿਲਾਂ ਲੈ ਕੇ ਚੱਲਦੇ ਸੀ ਕਿ 65% ਬੱਚੇ ਦੇ ਮਾਰਕਸ ਹੋਣੇ ਚਾਹੀਦੇ ਜੇ ਆਸਟ੍ਰੇਲੀਆ ਦਾ ਅਪਲਾਈ ਕਰਨਾ, 65% ਆਇਲਸ ਦੇ ਹੋਣੇ ਚਾਹੀਦੇ, ਅੱਜ ਦੀ ਡੇਟ ਦੇ ਵਿੱਚ ਉਹ ਜਿਹੜੇ 65 ਸੀਗੇ ਉਹ 70-75% ਦੀ ਡਿਮਾਂਡ ਆ, ਰਾਈਟ? ਸੋ ਜਿਹਨਾਂ ਬੱਚਿਆਂ ਦੇ ਕੋਲ ਜਿਹਨਾਂ ਦੇ ਰਿਜ਼ਲਟ ਸਾਰਿਆਂ ਦੇ ਆ ਚੁੱਕੇ ਨੇ, ਪਲੱਸ ਟੂ ਦੇ ਜਿੰਨੇ ਵੀ ਦੇਖ ਰਹੇ ਨੇ ਇਸ ਸ਼ੋਅ ਨੂੰ, ਰਿਜ਼ਲਟ ਸਾਰਿਆਂ ਦੇ ਆ ਚੁੱਕੇ ਨੇ, ਆਸਟ੍ਰੇਲੀਆ ਅਗਰ ਕੋਈ ਵੀ ਬੱਚਾ ਆਪਣੀ ਪ੍ਰੋਫਾਈਲ ਨੂੰ ਪੋਜ਼ਿਟਿਵ ਸਮਝਦਾ ਮੇਰੇ ਅਕੋਰਡਿੰਗਲੀ ਅੱਜ ਵੀ, ਬੇਸ਼ੱਕ ਉਹ 4.5 ਬੈਂਡ ਦੇ ਨਾਲ ਉਹਨਾਂ ਨੇ ਓਪਨ ਕਰਤਾ, ਬਟ ਮੈਂ ਫਿਰ ਵੀ ਇਹ ਕਹਾਂਗਾ ਅਗਰ ਤੁਸੀਂ ਆਪਣੀ ਪ੍ਰੋਫਾਈਲ ਨੂੰ ਪੋਜ਼ਿਟਿਵ ਸਮਝਦੇ ਹੋ, ਪਲੱਸ ਟੂ ਤੁਸੀਂ ਕੰਪਲੀਟ ਕੀਤੀ ਆ, 5.5 ਬੈਂਡ ਮਿਨੀਮਮ ਆਇਲਸ ਦੇ, 70-75% ਤੁਹਾਡੀ ਜਿਹੜੀ ਆ ਪਰਸੈਂਟੇਜ ਹੈਗੀ ਆ ਬੈਕ ਐਜੂਕੇਸ਼ਨ ਦੀ ਹੋਣੀ ਚਾਹੀਦੀ ਆ, ਫਿਰ ਤੁਹਾਡੀ ਪ੍ਰੋਫਾਈਲ ਨੂੰ ਮੇਰੇ ਅਕੋਰਡਿੰਗਲੀ ਪੋਜ਼ਿਟਿਵ ਲਿੱਤਾ ਜਾ ਸਕਦਾ ਅਦਰਵਾਈਜ਼ ਨਹੀਂ। ਇਹਨਾਂ ਜਿਹੜੀ ਤੁਹਾਡੀ ਲਾਈਨ ਹੈ, ਮਾਫ ਕਰਨਾ, ਉਹਦੇ 'ਚ ਛੋਟੇ ਛੋਟੇ ਪੁਆਇੰਟਸ ਨੂੰ ਜਿਹੜੀ ਅੰਬੈਸੀ ਦੱਸਦੀ ਆ ਉਹਨੂੰ ਲੈ ਕੇ ਹਾਈਲਾਈਟ ਬੜੇ ਸੋਹਣੇ ਤਰੀਕੇ ਨਾਲ ਕੀਤਾ ਜਾਂਦਾ ਜੀ। ਹੁਣ ਉਹਦੇ 'ਚ ਕਿਤੇ ਤਾਂ ਹੋਏਗਾ ਨਾ 4.5 ਬੈਂਡ ਵਾਲਾ ਜਾ ਸਕਦਾ, ਬਿਲਕੁਲ ਓਲਡ ਫੰਡ ਨਹੀਂ ਚਾਹੀਦੇ, ਬਿਲਕੁਲ, ਤੇ ਉਹ ਵੀ ਆਪਣੀ ਜਗ੍ਹਾ ਗਲਤ ਐਡਵਰਟਾਈਜ਼ ਤਾਂ ਨਹੀਂ ਕਰ ਰਹੇ? ਨਹੀਂ, ਐਡਵਰਟਾਈਜ਼ ਉਹ ਗਲਤ ਨਹੀਂ ਕਰ ਰਹੇ, ਬਟ ਜਿੱਥੇ ਉਹਨਾਂ ਨੇ ਲਿਖਿਆ ਨਾ ਓਲਡ ਫੰਡ ਨਹੀਂ ਚਾਹੀਦੇ, ਉਹਦੇ ਨਾਲ ਉਹਨਾਂ ਨੇ ਦੱਸਿਆ ਕਿ ਉਹਦੀ ਜਗ੍ਹਾ ਤੇ ਉਹਨੂੰ ਕਿੱਦਾਂ ਰਿਪੇਅਰ ਕਰਨਾ ਫਾਈਲ, ਉਹ ਉਹਨਾਂ ਨੇ ਉਸ ਚੀਜ਼ ਨੂੰ ਨਹੀਂ ਨਾ ਕਲਾਈਂਟ ਸਰ, ਉਹ ਤਾਂ ਫਿਰ ਸਟਾਰ ਛੋਟਾ ਜਿਹਾ ਲੱਗ ਨਹੀਂ ਜਾਂਦਾ, ਸਟਾਰ ਲੱਗ ਜਾਂਦਾ ਨਾ, ਕੰਡੀਸ਼ਨ ਅਪਲਾਈ ਹੋਣਾ, ਉਸ ਚੀਜ਼ ਨੂੰ ਤੇ ਉਹਨਾਂ ਨੇ ਬਰੀਫ ਕਰਨਾ ਹੀ ਨਹੀਂ ਨਾ, ਜੇ ਫੰਡ ਨਹੀਂ ਚਾਹੀਦੇ ਤੇ ਕਿਉਂ ਨਹੀਂ ਚਾਹੀਦੇ, ਕਿਸ ਕੈਟਾਗਰੀ 'ਚ ਨਹੀਂ ਚਾਹੀਦੇ, ਉਹਨਾਂ ਨੇ 3 ਲੈਵਲ ਦਿੱਤੇ ਨੇ ਅਸੈਸਮੈਂਟ, ਲੈਵਲ 1, 2, 3, ਸੋ 1 ਦੇ ਵਿੱਚ ਕੀ ਆ, 2 ਦੇ ਵਿੱਚ ਕੀ ਆ, 3 ਦੇ ਵਿੱਚ ਕੀ ਆ, ਉਸ ਬੰਦੇ ਨੂੰ ਇਹ ਨਹੀਂ ਪਤਾ ਹੋਏਗਾ ਕਿ ਉਹਦੇ ਅਸੈਸਮੈਂਟ ਦੇ ਲੈਵਲ ਵੀ ਦੇਣਾ, ਉਹਨੂੰ ਸਿਰਫ ਇਹ ਪਤਾ ਕਿ ਆਸਟ੍ਰੇਲੀਆ ਭੇਜਣਾ, ਬੱਚੇ ਨੂੰ 4.5 ਬੈਂਡ ਚਾਹੀਦੇ ਆ, ਕਿਹੜੇ ਲੈਵਲ 'ਚ ਭੇਜਣਾ ਉਹਨੂੰ ਇਹ ਵੀ ਨਹੀਂ ਪਤਾ, ਕਿਹੜੇ ਲੈਵਲ ਦੇ ਵਿੱਚ ਕੀ ਹੈਗਾ ਇਹ ਵੀ ਨਹੀਂ ਪਤਾ, 5.7-2, 5.7-3 ਬੰਦ ਹੋਇਆ ਤੇ ਨਵਾਂ ਜੇ ਕੀ ਸ਼ੁਰੂ ਹੋਏਗਾ, ਦੋਨਾਂ ਨੂੰ ਕੰਬਾਈਨ ਕਰਕੇ ਇੱਕੋ ਹੀ ਕੈਟਾਗਰੀ ਦਿੱਤੀ ਸਬ ਕਲਾਸ ਕਿਹੜੀ ਆਏਗੀ ਬਾਹਰ, ਉਹਨਾਂ ਨੂੰ ਤੇ ਇਹ ਵੀ ਨਹੀਂ ਪਤਾ ਹੋਏਗਾ ਕਿ ਕਿਹੜੀ ਸਬ ਕਲਾਸ ਦੇ ਵਿੱਚ ਉਹਨਾਂ ਨੇ ਅਪਲਾਈ ਕਰਨਾ ਹੈ। ਦੇਖੋ ਏਜੰਟਸ ਨੂੰ ਤਾਂ ਨਹੀਂ ਪਤਾ ਹੋਏਗਾ, ਬਟ ਕੰਸਲਟੈਂਟਸ ਜਿਹੜੇ ਆਥੋਰਾਈਜ਼ ਨੇ ਜਿਵੇਂ ਏਰੀ ਮੈਂਬਰਸ ਨੇ ਉਹਨਾਂ ਨੂੰ ਟ੍ਰੇਨਿੰਗ ਸੈਸ਼ਨ ਦੇ ਵਿੱਚ ਸਮਝਾਇਆ ਗਿਆ, ਉਹਨਾਂ 'ਚ ਏਰੀ ਮੈਂਬਰ ਲਵਿਸ਼ ਕਾਲੀਆ ਜੀ ਸਾਡੇ ਨਾਲ ਨੇ, SSVF ਬਾਰੇ ਆਸਟ੍ਰੇਲੀਆ ਬਾਰੇ ਕੋਈ ਜਾਣਕਾਰੀ ਚਾਹੀਦੀ ਹੈ, 1 ਤਾਰੀਖ ਨੂੰ ਜਲੰਧਰ, 2 ਨੂੰ ਅੰਮ੍ਰਿਤਸਰ ਤੇ 3 ਜੂਨ ਮੋਗਾ। ਬਹੁਤ ਵੱਡੇ ਪੱਧਰ 'ਤੇ ਵਰਲਡ ਐਜੂਕੇਸ਼ਨ ਫੇਅਰ ਕੀਤਾ ਜਾ ਰਿਹਾ ਜਿਹਦੇ ਵਿੱਚ ਸਿਰਫ ਆਸਟ੍ਰੇਲੀਆ ਹੀ ਨਹੀਂ, ਤੁਹਾਨੂੰ ਨਿਊਜ਼ੀਲੈਂਡ, ਕੈਨੇਡਾ, UK, USA ਕਿਸੇ ਵੀ ਕੰਟਰੀ ਤੁਸੀਂ ਬੱਚੇ ਨੂੰ ਭੇਜਣਾ ਚਾਹੁੰਦੇ ਹੋ ਜਾਂ ਜਾਣਾ ਚਾਹੁੰਦੇ ਹੋ, ਉਹਦੇ ਸਟੱਡੀ ਵੀਜ਼ਾ ਬਾਰੇ ਸਹੀ ਜਾਣਕਾਰੀ ਤੁਹਾਨੂੰ ਪਹੁੰਚਾਈ ਜਾਏਗੀ। ਐਕਚੁਅਲ ਮੀਟਿੰਗਸ ਦੇ ਵਿੱਚ ਕੀ ਕੁਝ ਸਾਹਮਣੇ ਆਇਆ, SSVF ਕੀ ਹੈ, ਬੱਚਾ ਜਾ ਪਾਏਗਾ ਕਿ ਨਹੀਂ ਜਾ ਪਾਏਗਾ, ਇਹਨਾਂ ਸੰਬੰਧੀ ਵੀ ਪ੍ਰੋਪਰਲੀ ਜਾਣਕਾਰੀ ਜਿਹੜੀ ਤੁਸੀਂ ਇਹਨਾਂ ਦੇ ਸੈਮੀਨਾਰਸ ਦੇ ਵਿੱਚ ਵਿਜ਼ਿਟ ਕਰਕੇ ਲੈ ਸਕਦੇ ਹੋ। ਹੋਰ ਕੋਈ ਖਾਸ ਚੀਜ਼ਾਂ ਜਿਹੜੀਆਂ ਹਾਈਲਾਈਟ ਜਾਂ ਤੁਸੀਂ ਚਾਹੁੰਦੇ ਵੀ ਇਹ ਚੀਜ਼ਾਂ ਬੱਚੇ ਲਈ ਜਾਣੀਆਂ ਬਹੁਤ ਜ਼ਰੂਰੀ ਨੇ ਜਿਹੜਾ ਆਸਟ੍ਰੇਲੀਆ ਅਪਲਾਈ ਕਰਨਾ ਚਾਹੁੰਦਾ? ਦੇਖੋ ਜਿਹੜਾ ਵੀ ਬੱਚਾ ਅੱਜ ਦੀ ਡੇਟ ਦੇ ਵਿੱਚ ਆਸਟ੍ਰੇਲੀਆ ਦੀ ਹੀ ਗੱਲ ਆਪਾਂ ਅੱਗੇ ਕੰਟੀਨਿਊ ਕਰੀਏ, ਜੇ ਆਸਟ੍ਰੇਲੀਆ ਦੇ ਵਿੱਚ ਜੋ SSVF ਨੂੰ ਲੈ ਕੇ ਅੱਜ ਦੀ ਡੇਟ ਦੇ ਵਿੱਚ ਮਾਰਕੀਟ ਦੇ ਵਿੱਚ ਤੁਸੀਂ ਸੁਣ ਰਹੇ ਹੋ ਜਾਂ ਸੋਚ ਰਹੇ ਹੋ, ਥੋੜ੍ਹਾ ਜਿਹਾ ਇਸ ਚੀਜ਼ ਦੇ ਉੱਤੇ ਜ਼ਰੂਰ ਗੌਰ ਦਿਓ ਕਿ ਉਹ ਇੰਨਾ ਆਸਾਨ ਨਹੀਂ ਹੈਗਾ, ਉਹਦਾ ਰਿਜ਼ਲਟ ਜਿਹੜਾ ਆ ਅੱਜ ਨਹੀਂ ਤੇ ਕੱਲ੍ਹ ਤੁਹਾਨੂੰ ਆਟੋਮੈਟਿਕਲੀ ਆਉਣਾ ਆ। ਤੁਹਾਡਾ ਪੈਸਾ ਆ, ਬਾਹਰ ਜਾਣਾ ਆ, ਵੀਜ਼ਾ ਰਿਫਿਊਜ਼ ਹੁੰਦਾ ਆ, ਮੁੜ ਕੇ ਕਿੱਦਣ ਵਾਪਸ ਆਉਣਾ ਆ ਕਿਸੇ ਨੂੰ ਨਹੀਂ ਪਤਾ, ਤੁਸੀਂ ਆਪਦਾ ਪੈਸਾ ਆਪ ਅੱਜ, ਸਿਰਫ ਇੱਕ ਡਾਕੂਮੈਂਟੇਸ਼ਨ ਤੁਹਾਡੀ ਕੰਪਲੀਟ ਨਹੀਂ ਆ, ਤੁਹਾਡੇ ਕੋਲ ਆਇਲਸ ਹੈ ਨਹੀਂ, ਮੈਂ ਅੱਜ ਵੀ ਇਹੀ ਕਹਾਂਗਾ ਤੁਸੀਂ ਆਇਲਸ ਨੂੰ ਇੰਪਰੂਵ ਕਰੋ ਆਪਣੇ। ਜੇ ਅੱਜ ਤੁਹਾਡੇ ਕੋਲ 4.5 ਬੈਂਡ ਆ, ਸਾਡੇ ਕੋਲ ਕੋਈ ਵੀ ਬੱਚਾ ਆਉਂਦਾ ਆ ਅੱਜ ਵੀ ਆਉਂਦਾ 5 ਬੈਂਡ ਦੇ ਨਾਲ, ਉਹ ਕਹਿੰਦਾ ਹੁੰਦਾ ਕਿ ਐਲੀ ਲਗਵਾ ਕੇ ਤੇ ਮੈਨੂੰ ਭੇਜ ਦਿਓ ਆਸਟ੍ਰੇਲੀਆ,
ਤੇਰੀ ਥਾਂ ਤੇ ਸ਼ਾਇਦ ਪੇਰੈਂਟਸ ਨੂੰ ਆਇਲਸ ਕਰਨੀ ਪੈਂਦੀ, ਉਹ ਦੇ ਦਿੰਦੇ ਇੱਕ ਵਾਰੀ ਨਹੀਂ ਦੋ ਨਹੀਂ ਤਿੰਨ ਵਾਰੀ ਦੇ ਵਿੱਚ ਉਹ ਕਲੀਅਰ ਕਰ ਲੈਂਦੇ, ਬਟ ਉਹ ਪੈਸਾ ਸੇਵ ਕਰਦੇ, ਰੀਜ਼ਨ ਕੀ ਆ, ਉਹਨਾਂ ਨੂੰ ਉਸ ਪੈਸੇ ਦੀ ਵੈਲਿਊ ਪਤਾ ਆ, 10,000 ਮਿਲਣੀ ਆ, ਉਹ ਮਾਪਿਆਂ ਨੂੰ ਉਸ ਪੈਸੇ ਦੀ ਵੈਲਿਊ ਪਤਾ ਆ। ਸੋ ਉਹੀ ਪੈਸਾ ਜਿਹੜਾ ਬਾਹਰ ਤੁਸੀਂ ਅੱਜ ਐਲੀ ਕੋਰਸ ਲੈ ਕੇ ਜਾਂਦੇ ਹੋ, 3-3.5 ਲੱਖ ਰੁਪਏ ਜੋ ਵੀ ਅਮਾਊਂਟ ਉਹਦੀ ਆਉਂਦੀ ਆ 10 ਵੀਕ ਦੀ 20 ਵੀਕ ਦੀ, ਉਹ ਤੁਸੀਂ ਪੇ ਕਰ ਰਹੇ ਹੋ, ਉਹਦੀ ਜਗ੍ਹਾ ਤੇ ਮੇਰੇ ਖਿਆਲ ਦੇ ਨਾਲ ਜੇ ਤੁਸੀਂ ਇੱਥੇ ਇੰਡੀਆ ਚਾਇਲਸ ਕਰ ਲਓ ਤੇ 11,100 ਰੁਪਏ ਪੇਪਰ ਦੀ ਫੀਸ ਆ। ਕਿਸੇ ਵੀ ਸੈਂਟਰ ਦੇ ਵਿੱਚ ਤੁਸੀਂ ਕੋਚਿੰਗ ਵੀ ਲਓਗੇ ਚੰਗੇ ਸੈਂਟਰ ਦੇ ਵਿੱਚ ਤੇ 8-10 ਹਜ਼ਾਰ ਤੋਂ ਉੱਤੇ ਫੀਸ ਨਹੀਂ ਹੋਏਗੀ ਉਹਦੀ। ਪਰ ਮਾਫ ਕਰਨਾ, ਇਹਦੇ ਚ ਮੈਂ ਇੱਕ ਸੈਂਟਰ ਬਾਰੇ ਕਹੂੰਗਾ, ਤੁਸੀਂ ਵੀ ਆਇਲ ਸੈਂਟਰ ਚਲਾਉਂਦੇ ਹੋ ਜੀ, ਕਈ ਬਹੁਤ ਵਧੀਆ ਆਇਲ ਸੈਂਟਰ ਜਾਂ ਆਪਣੇ ਆਪ ਨੂੰ ਕਹਿੰਦੇ ਘਾਉਂਦੇ ਨੇ, ਉਹ ਜਾਣ ਕੇ ਬੱਚੇ ਨੂੰ ਉਹਦਾ ਇਨਟੇਕ ਮਿਸ ਕਰਾਉਂਦੇ ਨੇ, ਕਹਿ ਕੇ ਕਾਫੀ ਕੇਸਿਸ ਸਾਹਮਣੇ ਆਏ। ਬੱਚਾ ਕੈਨੇਡਾ ਲਈ ਜਾਂਦਾ ਜੀ, ਹੁਣ ਮਈ ਦੇ ਵਿੱਚ ਗਿਆ ਜਾਂ ਅਪ੍ਰੈਲ ਦੇ ਵਿੱਚ ਗਿਆ, ਨਹੀਂ ਤੂੰ ਸਪਤੰਬਰ ਇਨਟੇਕ ਨਹੀਂ ਜਾ ਸਕਦਾ, ਤੈਨੂੰ ਘੱਟੋ ਘੱਟ 4-5 ਮਹੀਨੇ ਆਇਲਸ ਕਰਨੀ ਪੈਣੀ ਹੈ। ਬੱਚੇ ਦਾ ਬੈਕਗ੍ਰਾਉਂਡ CBSE ਤੋਂ 70% ਉਹਦੇ ਨੰਬਰ ਨੇ ਇੰਗਲਿਸ਼ ਦੇ ਵਿੱਚ, ਬਟ ਉਹ ਇੱਕ ਲਾਲਚ ਦੇ ਵਿੱਚ ਵੀ 4 ਮਹੀਨੇ ਫੀਸ ਲਈ ਹੈ। ਹਾਂ, ਜਿਹੜੇ ਅਜਿਹੇ ਸੈਂਟਰ ਆ ਉਹ ਸਿਰਫ ਇਸ ਕਰਕੇ ਬੈਠੇ ਆ, ਦੋ ਰੀਜ਼ਨ ਆ ਉਹਨਾਂ ਦੇ। ਫੋਰ ਐਗਜ਼ਾਮਪਲ ਸਾਡਾ ਸੈਂਟਰ ਆ, ਅਸੀਂ ਸਭ ਤੋਂ ਪਹਿਲਾਂ ਬੱਚਾ ਜਦੋਂ ਆਉਂਦਾ ਉਹਦੇ ਪਹਿਲੇ ਹਫ਼ਤੇ ਦਾ ਜਿਹੜਾ ਮੌਕ ਟੈਸਟ ਹੁੰਦਾ ਨਾ, ਉਦੋਂ ਅਸੀਂ ਬੱਚੇ ਨੂੰ ਦੱਸ ਦਈਦਾ ਤੂੰ 9 ਤਰੀਕ ਨੂੰ ਪੇਪਰ ਦੇ ਦੇ, ਕਿਉਂ ਉਹਦੀ ਅਸੈਸਮੈਂਟ ਹੋ ਜਾਂਦੀ, ਸਾਨੂੰ ਉਹਦਾ ਲੈਵਲ ਪਤਾ ਲੱਗ ਜਾਂਦਾ ਬੱਚੇ ਦਾ। ਅਗਰ ਉਹ 1 ਮਹੀਨੇ ਬਾਅਦ ਸਾਨੂੰ ਲੱਗਦਾ, ਹੋ ਸਕਦਾ 15 ਦਿਨਾਂ ਬਾਅਦ ਹੀ ਉਹ ਪੇਪਰ ਦੇਣ ਜੋਗਾ ਹੈਗਾ, ਉਹਨੂੰ ਐਜ਼ ਇਟ ਇਜ਼ ਦੱਸਿਆ ਜਾਂਦਾ ਕਿ ਇਸ ਤਰੀਕ ਨੂੰ ਤੂੰ ਪੇਪਰ ਦੇ, ਆਪਣਾ ਟਾਈਮ ਵੇਸਟ ਆਇਲਸ ਦੇ ਉੱਤੇ ਨਾ ਕਰ। ਰੀਜ਼ਨ, ਹਰੇਕ ਦਾ ਆਪਣਾ ਆਪਣਾ ਸਿਸਟਮ ਆ ਆਇਲਸ ਨੂੰ ਕਰਵਾਉਣ ਦਾ। ਜੇ ਕੋਈ ਸਹੀ ਢੰਗ ਦੇ ਨਾਲ ਆਇਲਸ ਨੂੰ ਲੈ ਕੇ ਚੱਲੇ, ਉਹਨੂੰ ਕਮਾਈ ਨਾ ਸਮਝੇ, ਸਿਰਫ ਇਹ ਸਮਝੇ ਕਿ ਇੱਕ ਸਟੂਡੈਂਟ ਆਇਆ ਵਾ, ਅੱਜ ਉਹ ਘਰੋਂ ਸ਼ੁਰੂ ਹੋ ਰਿਹਾ, ਅੱਜ ਤੁਸੀਂ ਉਹਦੀ ਬਿਹਤਰੀ ਸੋਚੋਗੇ ਆਪਣੇ ਲਾਲਚ ਨੂੰ ਛੱਡ ਕੇ, ਤੇ ਕੱਲ ਨੂੰ ਜਦੋਂ ਫਰਦਰ ਉਹਨੇ, ਤਾਂ ਹੀ ਤੁਹਾਡੇ ਤੇ ਸਟੂਡੈਂਟ ਵੀਜ਼ਾ ਅਪਲਾਈ ਕਰਨ ਵਾਸਤੇ ਯਕੀਨ ਕਰੇਗਾ, ਜੇ ਤੁਸੀਂ ਉਹਦੇ ਨਾਲ ਪਹਿਲੇ ਦਿਨ ਤੋਂ ਸਾਫ ਸੱਚੀ ਤੇ ਸੁਥਰੀ ਨੀਤ ਦੇ ਨਾਲ ਚੱਲੇ ਹੋਵੋ। ਕਈ ਜਗ੍ਹਾ ਤੇ ਸਰ ਇਹ ਵੀ ਸਾਹਮਣੇ ਆ ਰਿਹਾ, ਮੌਕ ਟੈਸਟ ਦੇ ਵਿੱਚ ਜਦੋਂ ਨੰਬਰ ਬਹੁਤ ਵਧੀਆ ਦਿੱਤੇ ਜਾਂਦੇ ਨੇ, ਬੈਂਡਸ ਵਧੀਆ ਹੁੰਦੇ ਆ, ਜਦੋਂ ਬੱਚੇ ਦੇ ਪੇਪਰ ਦੀ ਡੇਟ ਨੇੜੇ ਆ ਜਾਂਦੀ, ਉਦੋਂ ਮੌਕ ਟੈਸਟ ਟਾਈਟ ਕਰ ਦਿੱਤਾ ਜਾਂਦਾ, ਨਹੀਂ ਤੂੰ ਪਰਫਾਰਮ ਨਹੀਂ ਕਰ ਰਿਹਾ, ਤੂੰ ਪਰਫਾਰਮ ਨਹੀਂ ਕਰ ਰਿਹਾ, ਫਿਰ ਉਹਨੂੰ ਅੱਛਾ ਇਹ ਵੀ ਚੀਜ਼ਾਂ ਕਹੀਆਂ ਜਾਂਦੀਆਂ ਕਿ ਤੂੰ ਇਹਨੂੰ ਐਕਸਟੈਂਡ ਕਰਾ ਲੈ ਆਪਣੇ, ਠੀਕ ਹੈ। ਬੇਸਿਕਲੀ ਕੀ ਹੈਗਾ, ਜਦੋਂ ਉਹਨਾਂ ਨੂੰ ਲੱਗਦਾ ਕਿ ਹੁਣ ਮੇਰਾ ਸੈਂਟਰ ਹੈ, ਐਗਜ਼ਾਮਪਲ ਲਈ ਮੈਂ ਕੋਈ ਇੱਕ ਸੈਂਟਰ ਦੀ ਵੀ ਐਗਜ਼ਾਮਪਲ ਲੈ ਲਾਂ, ਅੱਜ 8 ਸ਼ਹਿਰਾਂ ਦੇ ਵਿੱਚ ਵੱਖਰੇ ਵੱਖਰੇ ਸਾਡੇ ਆਇਲਸ ਦੇ ਇੰਸਟੀਟਿਊਟ ਚੱਲਦੇ ਪਏ, ਕਿਸੇ ਇੱਕ ਦੀ ਮੈਂ ਐਗਜ਼ਾਮਪਲ ਲੈ ਕੇ ਚੱਲਾਂ, ਮੇਰੇ ਕੋਈ ਇੱਕ ਟਾਈਮ ਤੇ ਫੋਰ ਐਗਜ਼ਾਮਪਲ 100 ਬੱਚਾ ਬਿਠਾਉਣ ਦੀ ਜਗ੍ਹਾ ਆ, ਤੇ ਮੈਂ ਇੱਕੋ ਨੂੰ ਹੀ ਲੈ ਕੇ ਚੱਲੀ ਜਾਵਾਂ, ਰੋਜ਼ ਲੋਕੀ ਵੀ ਕਹਿਣ ਬਾਹਰ ਰਸ਼ ਲੱਗਾ ਯਾਰ ਸੈਂਟਰ ਬੜਾ ਚੱਲਦਾ, ਅੰਦਰ ਉਹਨੂੰ ਰਿਜ਼ਲਟ ਦੇਣ ਵਾਸਤੇ ਕੁਆਲਿਟੀ ਨਿਕਲੇ ਨਾ। ਬੇਸਿਕਲੀ ਕੀ ਹੈਗਾ, ਜਿਹੜਾ ਐਡਵਰਟੀਜ਼ ਬੈਠ ਕੇ ਆਪਾਂ ਇੱਥੇ ਕਰ ਰਹੇ ਹਾਂ, ਹੋਰਡਿੰਗ ਲਗਾਤੇ ਜਾਂ ਕੁਛ ਵੀ ਲਗਾਤਾ, ਵਟ ਐਵਰ, ਉਸ ਤੋਂ ਵੀ ਬੈਟਰ ਜਿਹੜੀ ਐਡਵਰਟੀਜ਼ਮੈਂਟ ਉਹ ਹੈਗੀ ਸਾਡੇ ਸੈਂਟਰ ਦੇ ਰਿਜ਼ਲਟ, ਮਾਊਥ ਪਬਲਿਸਿਟੀ ਜਿਹੜੀ ਆ, ਰਿਜ਼ਲਟ ਆ, ਠੀਕ ਹੈ ਨਾ। ਰਿਜ਼ਲਟ ਇੱਕ ਬੱਚੇ ਨੂੰ ਜੋ ਚੀਜ਼ਾਂ ਦੱਸੀਆਂ ਜਾਂਦੀਆਂ ਆ ਉਹੀ ਉਹਨੂੰ ਮਿਲਣ ਉੱਥੇ, ਫਿਰ ਉਹਦਾ ਰਿਜ਼ਲਟ ਵੀ ਉਹਦੇ ਅਕੋਰਡਿੰਗਲੀ ਆਵੇ, ਤੇ ਉਹ ਜਾ ਕੇ 4 ਬੱਚਿਆਂ ਦੱਸਦਾ ਯਾਰ ਮੈਨੂੰ ਜੋ ਕਿਹਾ ਸੀ ਉਸੇ ਅਕੋਰਡਿੰਗਲੀ, ਜੋ ਮੇਰੀ ਬੈਂਡ ਰਿਕੁਆਇਰਮੈਂਟ ਸੀਗੀ ਮੈਨੂੰ ਉਸੇ ਹਿਸਾਬ ਨਾਲ ਮੇਰੇ ਉੱਤੇ ਮਿਹਨਤ ਵੀ ਲਗਾਈ ਗਈ ਤੇ ਮੈਂ ਉਹਨੂੰ ਅਚੀਵ ਵੀ ਕੀਤਾ ਆ। ਸੋ ਉਹਦੇ ਸਮਾਂ ਹੀ ਲੱਗਦਾ ਆ ਜਦੋਂ ਇੱਕ ਬੱਚਾ ਆਵੇ। ਬਹੁਤ ਸਾਰੇ ਸੈਂਟਰ ਇਹੋ ਜਿਹੇ ਵੀ ਆ ਸਿਰਫ ਜੇ ਪਬਲਿਕ ਨੂੰ ਰਸ਼ ਦਿਖਾਉਣ ਲਈ ਕਿ ਸੈਂਟਰ ਚੱਲਦਾ, ਉਹ ਬੱਚੇ ਨੂੰ ਕਹਿੰਦੇ ਜੀ 1 ਟਾਈਮ ਤੁਸੀਂ ਆ ਇੰਨੀ ਫੀਸ ਜੋ ਵੀ ABC ਉਹਨਾਂ ਨੇ ਫੀਸ ਰੱਖੀ ਆ ਉਹ ਦਿਓ, ਸਾਰਾ ਦਿਨ ਬੈਠੇ ਰਹੋ ਭਾਵੇਂ ਸੈਂਟਰ ਦੇ ਵਿੱਚ, ਜਾਂ ਜਦ ਤੱਕ ਤੁਹਾਨੂੰ ਲੱਗਦਾ ਤੁਸੀਂ ਕੋਰਸ ਕਰ ਸਕਦੇ ਹੋ ਤੇ ਉਹ ਕਰੋ। ਪਿੰਡਾਂ ਦੇ ਨਿਆਣੇ ਕਈ ਬਹੁਤ ਭੋਲੇ ਭਾਲੇ ਹੁੰਦੇ ਅੱਜ ਦੀ ਡੇਟ ਦੇ ਵਿੱਚ ਵੀ, ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ ਉਹ ਪਿੱਛੇ ਪੜ ਕੇ ਆਏ ਹੁੰਦੇ ਆ, ਉਹਨਾਂ ਨੂੰ ਲੱਗਦਾ ਇੰਗਲਿਸ਼ ਬਹੁਤ ਹੋਊਗਾ ਵਾ, ਉਹ ਉਸ ਸੈਂਟਰ ਨੂੰ ਜੁਆਇਨ ਕਰ ਲੈਂਦੇ ਆ। ਮੈਂ ਤਾਂ ਇੱਕ ਕਹੂੰਗਾ, ਜਿਵੇਂ ਤੁਸੀਂ ਸਾਰੇ ਜਿਹੜੇ ਕੰਸਲਟੈਂਟਸ ਨੇ ਆਥੋਰਾਈਜ਼ਡ ਹੋ, ਸੈਮੀਨਾਰ ਤੇ ਅਰੇਂਜ ਕਰਦੇ ਹੋ ਸਾਰੇ ਅਲੱਗ ਅਲੱਗ ਕੰਟਰੀਜ਼ ਤੇ, ਬਟ ਉਪਰਾਲਾ ਵੀ ਕਰਿਆ ਕਰੋ ਵੀ ਆਇਲਸ ਬਾਰੇ ਵੀ ਉਹ ਚ ਪ੍ਰੋਪਰਲੀ ਮੌਕ ਟੈਸਟ ਲੈ ਕੇ ਜਾਣਕਾਰੀ ਦਿੱਤੀ ਜਾਵੇ। ਮੈਂ ਤੁਹਾਨੂੰ ਦੱਸਦਾ ਜੀ, ਅਸੀਂ ਲਾਸਟ ਅਕਤੂਬਰ ਦੇ ਵਿੱਚ ਸੈਮੀਨਾਰ ਕੀਤੇ ਸੀਗੇ ਪਿਛਲੇ ਸਾਲ ਦੇ ਵਿੱਚ, ਉਸ ਤੋਂ ਬਾਅਦ ਇਸ ਸੀਜ਼ਨ ਦੇ ਫਸਟ ਸੈਮੀਨਾਰ ਨੇ। ਇਹਦੇ ਵਿੱਚ ਵੀ ਅਸੀਂ ਸਿਰਫ ਤੁਸੀਂ 4 ਕੰਟਰੀਆਂ ਹੀ ਦੱਸੀਆਂ ਵਾ, UK, ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਸੋ ਬਟ USA ਆਲਸੋ 5 ਕੰਟਰੀਆਂ ਨੇ ਜਿਨ੍ਹਾਂ ਨੂੰ ਅਸੀਂ 3 ਦਿਨਾਂ ਦੇ ਵਿੱਚ, 1 ਤਰੀਕ ਨੂੰ ਜਲੰਧਰ ਹੋਟਲ ਪ੍ਰੈਜ਼ੀਡੈਂਟ ਦੇ ਵਿੱਚ, 2 ਤਰੀਕ ਨੂੰ ਅੰਮ੍ਰਿਤਸਰ ਹੋਟਲ MK ਦੇ ਵਿੱਚ, ਤੇ 3 ਤਰੀਕ ਨੂੰ ਮੋਗਾ ਦੇ ਵਿੱਚ ਹੋਟਲ ਬਿਗ ਬੈਨ ਦੇ ਵਿੱਚ ਅਸੀਂ ਬੈਠ ਕੇ ਰੀਪ੍ਰੈਜ਼ੈਂਟ ਕਰਾਂਗੇ। ਸਾਡੇ ਨਾਲ ਕਾਲਜਿਸ ਦੇ ਡੈਲੀਗੇਟਸ ਵੀ ਹੋਣਗੇ। ਸੋ ਇਹਦੇ ਨਾਲ ਨਾਲ ਅਸੀਂ ਫਸਟ ਟਾਈਮ, ਤੁਸੀਂ ਬਹੁਤ ਸਾਰੇ ਸੈਮੀਨਾਰਸ ਦੇਖੇ ਵੀ ਹੋਣਗੇ, ਅੱਜ ਤੱਕ ਅਟੈਂਡ ਵੀ ਕੀਤੇ ਹੋਣਗੇ, ਬਟ ਅਸੀਂ ਇਹਦੇ ਵਿੱਚ ਇੱਕ ਥੋੜ੍ਹਾ ਜਿਹਾ ਸਿਸਟਮ ਡਿਫਰੈਂਟ ਕੀ ਲੈ ਕੇ ਚੱਲਦੇ ਪਏ ਹਾਂ, ਜੋ ਤੁਸੀਂ ਕੁਐਸਚਨ ਕਰ ਦਿੱਤਾ ਕਿ ਆਇਲਸ ਨੂੰ ਵੀ ਅਸੀਂ ਉੱਥੇ ਬੱਚਿਆਂ ਤੱਕ ਜਾਣਕਾਰੀ ਦੇਈਏ। ਸੋ ਉਹਦੇ ਵਾਸਤੇ ਸਾਡੇ ਨਾਲ IDP ਤੋਂ ਆਇਲਸ ਦੇ ਰਿਪ੍ਰੈਜੈਂਟੇਟਿਵ ਉੱਥੇ ਬਹਿਣਗੇ, ਜਿਹੜੇ ਬੱਚਿਆਂ ਨੂੰ ਆਇਲਸ ਦੀਆਂ ਬਰੀਕੀਆਂ ਗਲਤੀਆਂ ਜਿਹੜੀਆਂ ਉਹ ਆਲਰੇਡੀ ਕਰ ਚੁੱਕੇ, ਕੁਛ ਬੱਚੇ ਸੀਗੇ ਜਿਹੜੇ ਅੱਜ ਪੇਪਰ ਦੇ ਚੁੱਕੇ ਆ, ਕੁਛ ਬੱਚੇ ਹੈਗੇ ਜਿਨ੍ਹਾਂ ਨੇ ਹੱਲੇ ਵੀ ਦੇਣੇ ਆ, ਕੁਛ ਬੱਚੇ ਆ ਜਿਹੜਾ ਹੱਲੇ ਵੀ ਸੋਚਦਾ ਮੇਰਾ ਰਿਜ਼ਲਟ ਅੱਜ ਆਇਆ ਸੀ, ਮੈਂ ਰਿਜ਼ਲਟ ਆਉਣ ਤੋਂ ਬਾਅਦ ਆਇਲਸ ਇੰਸਟੀਟਿਊਟ ਜੁਆਇਨ ਕਰਨਾ ਸੀ। ਸੋ ਜੋ ਜੋ ਤੁਹਾਡੀਆਂ ਆਇਲਸ ਦੇ ਰਿਲੇਟਡ ਵੀ ਕੁਆਰੀਜ਼ ਹੋਣਗੀਆਂ, ਉਹ ਸਾਰੀਆਂ ਦੀਆਂ ਸਾਰੀਆਂ ਉਹਦੇ ਵਿੱਚ ਕਲੀਅਰ ਹੋਣਗੀਆਂ। ਬਹੁਤ
ਵਰਕਿੰਗ ਡੇ ਨੇ ਤੇ ਨਹੀਂ ਬੇਸ਼ੱਕ ਹਰ ਇੱਕ ਸਿਟੀ ਦੇ ਵਿੱਚ ਕੋਸ਼ਿਸ਼ ਕਰੋ ਜੇ ਆਪਣੇ ਨਾਲ ਸਿਰਫ ਸਟੂਡੈਂਟ ਨਾ ਆਵੇ ਕੋਈ ਸਿਆਣਾ ਉਹਦੇ ਨਾਲ ਜ਼ਰੂਰ ਪੇਰੈਂਟਸ ਦੇ ਵਿੱਚੋਂ ਅਗਰ ਫਾਦਰ ਉਸ ਟਾਈਮ ਅਵੇਲੇਬਲ ਹੈਗੇ ਨੇ ਤੇ ਪੇਰੈਂਟਸ ਨੂੰ ਨਾਲ ਜ਼ਰੂਰ ਲੈ ਕੇ ਆਣ ਨਹੀਂ ਤੇ ਮਦਰ ਨੂੰ ਕਮ ਸੇ ਕਮ ਅਗਰ ਹਾਊਸ ਵਾਈਫ ਨੇ ਤੇ ਉਹਨਾਂ ਨੂੰ ਜ਼ਰੂਰ ਨਾਲ ਲੈ ਕੇ ਆਣ ਜਾਂ ਘਰ ਦਾ ਕੋਈ ਸਿਆਣਾ ਬੰਦਾ ਜ਼ਰੂਰ ਲੈ ਕੇ ਦਾ ਰੀਜ਼ਨ ਇਜ਼ ਦੈਟ ਤੁਸੀਂ ਜਿਹੜੀ ਚੀਜ਼ ਦੀ ਸਲਾਹ ਲੈਣ ਆਣੀ ਆ ਉਹ ਤੁਹਾਡੇ ਫਿਊਚਰ ਵਾਸਤੇ ਆ ਤੁਹਾਡੇ ਮਾਪਿਆਂ ਨੇ ਤੁਹਾਡੇ ਤੇ ਪੈਸਾ ਲਗਾਉਣਾ ਹੈ ਮੈਂ ਇਹ ਨਹੀਂ ਕਹਿ ਰਿਹਾ ਤੁਸੀਂ ਆ ਕੇ ਸਾਡੇ ਕੋਲ ਅਸੈਸਮੈਂਟ ਕਰਵਾਉਂਦੇ ਹੋ ਆਪਣੀ ਅਸੈਸਮੈਂਟ ਕਰਵਾਉਣ ਤੋਂ ਬਾਅਦ ਤੁਸੀਂ ਸਾਨੂੰ ਫਾਈਲ ਦੇ ਕੇ ਜਾਂਦੇ ਹੋ ਜਾਂ ਦੇ ਕੇ ਜਾਓ ਕਿਉਂਕਿ ਤੁਹਾਡੇ ਫਿਊਚਰ ਦਾ ਸਵਾਲ ਆ ਤੁਸੀਂ 8 ਤੋਂ 10 ਲੱਖ ਰੁਪਈਆ 12 ਲੱਖ ਰੁਪਇਆ ਐਗਜ਼ਾਮਪਲ ਫੀਸ ਦੀ ਦੇ ਰਿਹਾ ਵਾ ਆਪਣੇ ਕਰੀਅਰ ਦੇ ਉੱਤੇ ਇਨਵੈਸਟ ਕਰਨਾ ਆ ਉਹ ਤੁਸੀਂ ਨਹੀਂ ਕਰਨਾ ਤੁਹਾਡੇ ਨਾਲੋਂ ਜ਼ਿਆਦਾ ਸਮਝਦਾਰ ਤੁਹਾਡੇ ਪੇਰੈਂਟਸ ਨੇ ਮੈਂ ਇਹ ਨਹੀਂ ਕਹਿ ਰਿਹਾ ਸਿਰਫ ਮੇਰੇ ਸੈਮੀਨਾਰ ਨੂੰ ਅਟੈਂਡ ਕਰਨ ਆਓਗੇ ਤੇ ਤੁਸੀਂ ਉਦੋਂ ਪੇਰੈਂਟਸ ਨੂੰ ਲੈ ਕੇ ਜਾਓ ਕਦੀ ਵੀ ਕਿਤੇ ਵੀ ਕੋਈ ਵੀ ਕੰਪਨੀ ਦਾ ਤੁਸੀਂ ਸੈਮੀਨਾਰ ਅਟੈਂਡ ਕਰਦੇ ਹੋ ਮੇਰੇ ਖਿਆਲ ਦੇ ਨਾਲ ਬੱਚੇ ਨੂੰ ਇਕੱਲੇ ਨਹੀਂ ਜਾਣਾ ਚਾਹੀਦਾ ਫਿਰ ਵੀ ਹੋ ਸਕਦਾ ਪੇਰੈਂਟਸ ਤੁਹਾਡੇ ਬਿਜ਼ੀ ਆ ਮੈਂ ਇਹ ਨਹੀਂ ਕਹਿ ਰਿਹਾ ਕਿ ਜਿਹਦੇ ਨਾਲ ਪੇਰੈਂਟਸ ਨਹੀਂ ਆ ਸਕਦੇ ਉਹ ਨਾ ਹਰੇਕ ਬੱਚੇ ਨੂੰ ਓਪਨਲੀ ਇਨਵੀਟੇਸ਼ਨ ਹੈਗਾ ਆ ਤੁਸੀਂ ਆ ਕੇ ਆਪਣੀਆਂ ਕੁਐਰੀਜ਼ ਇਹਨਾਂ 5 ਕੰਟਰੀਆਂ ਬਾਰੇ ਲੈ ਸਕਦੇ ਹੋ ਤੁਸੀਂ ਆ ਕੇ ਆਪਣੀਆਂ ਕੁਐਰੀਜ਼ ਚਾਹੇ ਉਹ ਆਇਲਸ ਦੇ ਨਾਲ ਰਿਲੇਟਡ ਹੈ ਚਾਹੇ ਉਹ ਪੀਟੀ ਦੇ ਨਾਲ ਰਿਲੇਟਡ ਹੈ ਚਾਹੇ ਕੁਝ ਬੱਚੇ ਜਿਹੜੇ ਇੰਗਲਿਸ਼ 'ਚ ਬਹੁਤ ਜ਼ਿਆਦਾ ਕਮਜ਼ੋਰ ਨੇ ਜਿਹੜੇ ਕਹਿੰਦੇ ਕਿ ਪਹਿਲਾਂ ਅਸੀਂ ਸਪੋਕਨ ਦਾ ਕੋਰਸ ਕਰਾਂਗੇ ਕਿਸੇ ਵੀ ਤਰ੍ਹਾਂ ਦੀ ਵਿਦੇਸ਼ ਜਾਣ ਦੀ ਅਗਰ ਆਪਾਂ ਗੱਲ ਕਰਦੇ ਹਾਂ ਤੇ ਉਹਦਾ ਨੀਂਹ ਪੱਥਰ ਜਿਹੜਾ ਸਟਾਰਟ ਹੁੰਦਾ ਹੈ ਐਜੂਕੇਸ਼ਨ ਤੋਂ ਬਾਅਦ ਸਭ ਤੋਂ ਪਹਿਲਾਂ ਕੁਐਸਚਨ ਆ ਕੇ ਖੜਾ ਹੁੰਦਾ ਆਇਲਸ ਇੰਗਲਿਸ਼ ਸੋ ਇੰਗਲਿਸ਼ ਜਿੱਥੋਂ ਸ਼ੁਰੂ ਹੋਣੀ ਆ ਉਸ ਕੁਐਸਚਨ ਤੋਂ ਲੈ ਕੇ ਤੁਹਾਡੀ ਲੈਂਡਿੰਗ ਕਿਹੜਾ ਕੋਰਸ ਲਿਆ ਸੀ ਤੁਹਾਡਾ ਵੀਜ਼ਾ ਉਹ ਸਾਰੀਆਂ ਚੀਜ਼ਾਂ ਦੇ ਰਿਲੇਟਡ ਕੋਈ ਵੀ ਜਾਣਕਾਰੀ ਤੁਹਾਨੂੰ ਚਾਹੀਦੀ ਹੈ ਕਿਸੇ ਵੀ ਤਰ੍ਹਾਂ ਦਾ ਤੁਹਾਡੇ ਮਾਈਂਡ ਦੇ ਵਿੱਚ ਕੋਈ ਵੀ ਡਾਊਟ ਹੈਗਾ ਆ ਉਹ ਡਾਊਟ ਨੂੰ ਤੁਸੀਂ ਆਪਣੇ ਮਾਈਂਡ ਦੇ ਵਿੱਚ ਰੱਖ ਕੇ ਨਾਲ ਲਿਆਓ ਤੁਹਾਨੂੰ ਮੇਰੇ ਖਿਆਲ ਦੇ ਨਾਲ ਮੈਂ ਇੰਨਾ ਕੁ ਵਿਸ਼ਵਾਸ ਜ਼ਰੂਰ ਦਵਾ ਸਕਦਾ ਹਾਂ ਜਾਂ ਮੇਰੇ ਸ਼ਬਦਾਂ ਦੇ ਉੱਤੇ ਅਮਨ ਜੀ ਜ਼ਰੂਰ ਹਾਮੀ ਭਰ ਸਕਦੇ ਨੇ ਕਿ ਜੋ ਤੁਹਾਡੇ ਮਾਈਂਡ ਦੇ ਵਿੱਚ ਡਾਊਟ ਹੋਏਗਾ ਉਹ ਸਾਡੇ ਇਸ ਸੈਮੀਨਾਰ ਦੇ ਵਿੱਚ ਆ ਕੇ ਤੁਹਾਨੂੰ ਜ਼ਰੂਰ ਕਲੀਅਰ ਹੋਏਗਾ ਇੱਕ ਨਾ ਹੋਰ ਬਹੁਤ ਵੱਡਾ ਉਪਰਾਲਾ ਜੇ ਕੀਤਾ ਜਾਵੇ ਜਿਵੇਂ ਆਪਾਂ ਆਸਟ੍ਰੇਲੀਆ ਗੱਲ ਕਰ ਰਹੇ ਹਾਂ ਤਾਂ ਜਿਵੇਂ ਨਿਊਜ਼ੀਲੈਂਡ ਤੁਸੀਂ ਖੁਦ ਟ੍ਰੇਨਡ ਏਜੰਟ ਦੇ ਵਿੱਚੋਂ ਆਉਂਦੇ ਹੋ ਜੀ ਫੰਡਸ ਨੂੰ ਲੈ ਕੇ ਬਹੁਤ ਵੱਡੀ ਪ੍ਰੋਬਲਮ ਹੈ ਮੇਰੇ ਖਿਆਲ ਤੁਸੀਂ ਵੀ ਇੱਥੇ ਐਗਰੀ ਕਰੋਗੇ ਜੀ ਬਿਲਕੁਲ ਉਹਨੂੰ ਲੈ ਕੇ ਵੀ ਇੱਕ ਸਪੈਸ਼ਲਿਸਟ ਉੱਥੇ ਬਹਿਣਾ ਚਾਹੀਦਾ ਘੱਟੋ ਘੱਟ ਅੱਜ ਮੈਂ ਤੁਹਾਨੂੰ ਦੱਸਾਂ ਫੰਡਸ ਵਾਸਤੇ ਮੈਂ ਤੁਹਾਨੂੰ ਦੱਸਦਾ ਜੀ ਅਸੀਂ ਹਮੇਸ਼ਾ ਬੱਚੇ ਦੇ ਫੰਡਸ ਵਾਸਤੇ ਇੱਕ ਬੜਾ ਵਧੀਆ ਸਾਡਾ ਟੀਮ ਬਣਿਆ ਵਾ ਸਾਡੇ ਬੱਚਿਆਂ ਦੇ ਫੰਡਸ ਨੂੰ ਸਿਸਟੇਮੈਟਿਕਲੀ ਪੇਰੈਂਟਸ ਨੂੰ ਸਮਝਾਉਣ ਵਾਸਤੇ ਸਾਡੇ ਨਾਲ ਇੱਕ ਚਾਰਟਰਡ ਐਕਸੈਪਟੇਬਲ ਕੀ ਹੈਗਾ ਕੀ ਐਕਸੈਪਟੇਬਲ ਹੈ ਕਿਸ ਤਰ੍ਹਾਂ ਫੰਡਸ ਨੂੰ ਮੈਨੇਜ ਕਰਨਾ ਆ ਕਿਹੜੇ ਫੰਡਸ ਤੁਹਾਡੇ ਐਕਸੈਪਟੇਬਲ ਹੈ ਮੈਨੇਜ ਇਨ ਦਾ ਸੈਂਸ ਕਿ ਫੋਰ ਐਗਜ਼ਾਮਪਲ ਇੱਕ ਬੰਦਾ ਕਹਿੰਦਾ ਜੀ ਮੇਰੀ ਆਹ ਇਨਕਮ ਆ ਮੈਂ ਇੱਥੋਂ ਦਿਖਾ ਸਕਦਾ ਜਾਂ ਇੱਥੋਂ ਦਿਖਾ ਸਕਦਾ ਜਾਂ ਇੱਥੋਂ ਦਿਖਾ ਸਕਦਾ ਫੋਰ ਐਗਜ਼ਾਮਪਲ ਕਿਸੇ ਦਾ ਕੋਈ ਬਿਜ਼ਨਸ ਚੱਲਦਾ ਆ ਤੇ ਉਹਨੇ ਵੀ ਆਪਣੇ ਨਾਲ ਇੱਕ ਚਾਰਟਰਡ ਅਕਾਊਂਟੈਂਟ ਰੱਖਿਆ ਹੁੰਦਾ ਸਾਰੀ ਐਨੂਅਲੀ ਉਹਦੀ ਮੇਨਟੇਨੈਂਸ ਕਰਨ ਵਾਸਤੇ ਸੇਮ ਸਿਸਟਮ ਦੇ ਨਾਲ ਸਾਡੇ ਨਾਲ ਵੀ ਅਸੀਂ ਆਪਣੀ ਕੰਪਨੀ ਦੇ ਵਿੱਚ ਉਸ ਸਿਸਟਮ ਨੂੰ ਇੱਕ ਡਿਫਰੈਂਟ ਤਰੀਕੇ ਦੇ ਨਾਲ ਰੱਖ ਕੇ ਚੱਲਦੇ ਹਾਂ ਜਿਹਦੇ ਨਾਲ ਸਾਡੇ ਤੋਂ ਵੀ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਜਦੋਂ ਇੱਕ ਅਕਾਊਂਟੈਂਟ ਤੁਹਾਡੇ ਨਾਲ ਚਾਰਟਰਡ ਅਕਾਊਂਟੈਂਟ ਤੁਹਾਡੇ ਨਾਲ ਬੈਠਾ ਆ ਜੇ ਉਹ ਤੁਹਾਨੂੰ ਤੁਹਾਡੇ ਫੰਡਸ ਨੂੰ ਮੈਨੇਜ ਕਰਨ ਦੀ ਕਿਸ ਤਰ੍ਹਾਂ ਤੁਸੀਂ ਕਿਹੜਾ ਫੰਡ ਕਿੱਥੋਂ ਇਧਰੋਂ ਉਧਰ ਜੋ ਵੀ ਸ਼ਿਫਟ ਕਰਨਾ ਆ ਜਾਂ ਜੋ ਵੀ ਉਹਨੂੰ ਮੇਨਟੇਨ ਕਰਨਾ ਆ ਜਿਸ ਤਰੀਕੇ ਦੇ ਨਾਲ ਉਹਨੂੰ ਰੀਪ੍ਰੈਜੈਂਟ ਕਰਨਾ ਆ ਵੀਜ਼ਾ ਆਫੀਸਰ ਨੂੰ ਕਿਹੜੀਆਂ ਕਿਹੜੇ ਫੰਡਸ ਤੁਸੀਂ ਯੂਜ਼ ਕਰ ਸਕਦੇ ਹੋ ਕਿੱਥੇ ਯੂਜ਼ ਕਰ ਸਕਦੇ ਹੋ ਕਿੰਨੇ ਪੁਰਾਣੇ ਚਾਹੀਦੇ ਨੇ ਕੀ ਚਾਹੀਦਾ ਹੈ ਇੱਕ ਡਿਪਾਰਟਮੈਂਟ ਹੀ ਅਸੀਂ ਡਿਫਰੈਂਟ ਲੈ ਕੇ ਚੱਲਦੇ ਪਏ ਹਾਂ ਇਸ ਸੈਮੀਨਾਰ ਦੇ ਵਿੱਚ ਤਾਂ ਕਿ ਹਰ ਇੱਕ ਦੇ ਮਾਈਂਡ ਦੇ ਵਿੱਚ ਫੰਡਸ ਨੂੰ ਲੈ ਕੇ ਵੀ ਕੋਈ ਦਿੱਕਤ ਨਾ ਰਹੇ ਨਿਊਜ਼ੀਲੈਂਡ ਦੇ ਵਿੱਚ ਅਪਲਾਈ ਕਰਨ ਨਿਊਜ਼ੀਲੈਂਡ ਦੀ ਤੁਸੀਂ ਗੱਲ ਕੀਤੀ ਨਿਊਜ਼ੀਲੈਂਡ ਦੇ ਵਿੱਚ ਜਿਹੜਾ ਬੱਚਾ ਸਟੂਡੈਂਟ ਵੀਜ਼ਾ ਅਪਲਾਈ ਕਰ ਰਿਹਾ ਅੱਜ ਦੀ ਡੇਟ ਦੇ ਵਿੱਚ ਸਾਫ਼ ਸਪਸ਼ਟ ਸ਼ਬਦਾਂ ਦੇ ਵਿੱਚ ਮੈਂ ਦੱਸਦਾ ਕਿ ਐਜ਼ ਅ ਐਗਜ਼ਾਮਪਲ ਤੁਸੀਂ ਲੈ ਲਓ ਕਿ ਤੁਹਾਨੂੰ ਫੰਡਸ ਦੀ ਰਿਕੁਆਇਰਮੈਂਟ ਹੈਗੀ ਆ 18 ਤੋਂ 20 ਲੱਖ ਰੁਪਇਆ ਤੁਹਾਨੂੰ ਫੰਡਸ 25, 28 ਰਾਊਂਡ ਫਿਗਰ ਦੀ ਮਤਲਬ ਤੁਹਾਨੂੰ 20 ਲੱਖ ਆ ਤੁਹਾਡੇ ਕੋਲ 16-17-18 ਲੱਖ ਤੱਕ ਦਾ ਸੋਰਸ ਹੈਗਾ ਕਿ ਇਹ ਪੈਸਾ ਕਿੱਥੋਂ ਆਇਆ ਜੇ ਤੁਹਾਡੇ ਕੋਲ ਅਗਲਾ ਜਿਹੜਾ ਦਿਖਾਇਆ ਤੁਸੀਂ 20 ਲੱਖ ਆ 2 ਲੱਖ ਦਾ ਸੋਰਸ ਨਹੀਂ ਹੈਗਾ ਤੇ ਤੁਹਾਡਾ ਵੀਜ਼ਾ ਨਹੀਂ ਆਣਾ ਅਗਰ ਜਿੰਨੀ ਰਿਕੁਆਇਰਮੈਂਟ ਤੁਹਾਡੀ ਬਣਦੀ ਹੈ ਜਿੰਨੀ ਦੇਰ ਦਾ ਤੁਹਾਡਾ ਕੋਰਸ ਆ ਉਸ ਅਕੋਰਡਿੰਗਲੀ ਜਿੰਨਾ ਪੈਸਾ ਤੁਸੀਂ ਦਿਖਾ ਰਹੇ ਹੋ ਤੁਹਾਨੂੰ ਸਾਰੇ ਦੇ ਸਾਰੇ ਪੈਸੇ ਦਾ ਸੋਰਸ ਦੇਣਾ ਹੀ ਪੈਣਾ ਆ ਇਸ ਚੀਜ਼ ਨੂੰ ਆਪਣੇ ਮਾਈਂਡ ਵਿੱਚ ਰੱਖਿਓ ਕੋਈ ਵੀ ਕੰਸਲਟੈਂਟ ਤੁਹਾਨੂੰ ਕਹਿੰਦਾ ਹੈ ਨਹੀਂ ਜੀ ਇੱਦਾਂ ਨਹੀਂ ਇੱਦਾਂ ਆ ਇੱਦਾਂ ਨਹੀਂ ਆ ਇੱਦਾਂ ਆ ਇਹੋ ਜਿਹਾ ਕੁਛ ਨਹੀਂ ਹੈਗਾ ਇੱਕ ਇੱਕ ਪੈਸਾ ਤੁਹਾਡੇ ਕੋਲ ਕਿੱਥੋਂ ਆਇਆ ਤੁਹਾਡੇ ਅਕਾਊਂਟ ਵਿੱਚ ਉਹ ਦੱਸਣਾ ਪਏਗਾ ਜੀ ਅੱਜ ਨਿਊਜ਼ੀਲੈਂਡ ਦਾ ਸਿਨੈਰੀਓ ਕੀ ਦੇਖ ਰਹੇ ਹੋ ਪ੍ਰੈਜ਼ੈਂਟ ਸਿਨੈਰੀਓ ਕੀ ਹੈ ਦੇਖੋ ਟੂ ਬੀ ਵੈਰੀ ਫਰੈਂਕ ਮੈਂ ਲੈ ਕੇ ਚੱਲਾਂ ਅੱਜ ਵੀ ਨਿਊਜ਼ੀਲੈਂਡ ਸਰਕਾਰ ਬੱਚਿਆਂ ਨੂੰ ਵੀਜ਼ਾ ਦਿੰਦੀ ਆ ਇਹੋ ਜਿਹਾ ਕੁਛ ਨਹੀਂ ਹੈ ਕਿ ਨਿਊਜ਼ੀਲੈਂਡ ਦੇ ਵੀਜ਼ੇ ਨਹੀਂ ਆਉਂਦੇ ਅੱਜ ਵੀ ਬਹੁਤ ਸੋਹਣੇ ਵੀਜ਼ੇ ਆਉਂਦੇ ਆ ਅੱਗੇ ਕੀ ਸੀਗਾ ਕਿ ਅੱਗੇ ਬੱਚਾ ਕੁਛ ਵੀ ਦਿਖਾ ਰਿਹਾ ਸੀ ਜਾਂ ਏਜੰਟਸ ਨੇ ਗਲਤ ਕੀਤਾ ਉਹਨਾਂ ਦੇ ਇੱਕ ਲੀਨੀਐਂਸੀ ਦਿੱਤੀ ਸੀ ਉਹ ਇਸ ਕਰਕੇ ਨਹੀਂ ਦਿੱਤੀ ਸੀ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੀ ਇਸ ਲੀਨੀਐਂਸੀ ਦਾ ਨਜਾਇਜ਼ ਫਾਇਦਾ ਉਠਾਇਆ ਜਾ ਰਿਹਾ ਜਾਂ ਗਲਤ ਤਰੀਕੇ ਦੇ ਨਾਲ ਉਹਨੂੰ ਯੂਜ਼ ਕੀਤਾ ਜਾ ਰਿਹਾ ਉਹਨਾਂ ਨੂੰ ਉਹ ਸਾਰਾ ਚੀਜ਼ ਨਹੀਂ ਚਲੋ ਉਦੋਂ ਦਾ ਲੀਨੀਐਂਟ ਹੋਏ ਹੁਣ ਜਿਹੜੇ ਬੱਚੇ ਵੀਜ਼ਾ ਲੈ ਕੇ ਪਹੁੰਚ ਗਏ ਤੁਸੀਂ ਪਹਿਲੇ ਸਾਰੀ ਅਸੈਸਮੈਂਟ ਕਰ ਲਈ ਦੇਖ ਲਿਆ ਵੀਜ਼ਾ ਦਿੱਤਾ ਬੱਚਾ
ਆਟੋਮੈਟਿਕਲੀ ਕੱਲੇ ਪੰਜਾਬ 'ਚ ਨਹੀਂ ਸਾਰੇ ਇੰਡੀਆ 'ਚ ਫੈਲ ਜਾ ਹਿਊਮਰ ਹੈ ਹਿਊਮਰ ਆ ਬੇਸਿਕਲੀ ਹਾਲੇ ਤੱਕ ਉਹਨਾਂ ਨੇ ਮੇਰੇ ਅਕੋਰਡਿੰਗਲੀ ਤਾਂ ਕੋਈ ਬੱਚਾ ਨਹੀਂ ਵਾਪਸ ਆਇਆ ਜੀ ਸੋ ਨਿਊਜ਼ੀਲੈਂਡ ਨੂੰ ਲੈ ਕੇ ਮਨ ਵਿੱਚ ਕੋਈ ਵੀ ਸਵਾਲ ਹੈ ਜੀ ਸਾਂਝਾ ਕੀਤਾ ਜਾ ਸਕਦਾ ਨੰਬਰ ਚੱਲ ਰਹੇ ਨੇ ਉਹਦੇ 'ਤੇ ਕਾਲ ਕਰਕੇ ਮੈਸੇਜ ਕਰਕੇ ਐਡਰੈਸ 'ਤੇ ਵਿਜ਼ਿਟ ਕਰਕੇ ਜਾਣਕਾਰੀ ਸਾਂਝੀ ਕਰ ਸਕਦੇ ਹੋ ਅਦਰਵਾਈਜ਼ ਇਹਨਾਂ ਦੇ ਜਿਹੜੇ ਸੈਮੀਨਾਰਸ ਨੇ ਜਿਹੜਾ ਵਰਲਡ ਐਜੂਕੇਸ਼ਨ ਫੇਅਰ ਹੈ 1 ਤਰੀਕ ਨੂੰ ਜਲੰਧਰ 2 ਨੂੰ ਅੰਮ੍ਰਿਤਸਰ 3 ਨੂੰ ਮੋਗਾ ਇੱਥੇ ਵਿਜ਼ਿਟ ਕਰਕੇ ਵੀ ਕਿਸੇ ਵੀ ਕੰਟਰੀ ਬਾਰੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ ਮੈਂ ਕੈਨੇਡਾ ਦੀ ਇੱਕ ਐਡਵਰਟਾਈਜ਼ਮੈਂਟ ਬਾਰੇ ਵੀ ਜ਼ਰੂਰ ਇਹਨਾਂ ਨਾਲ ਗੱਲ ਕਰਨਾ ਚਾਹੁੰਦਾ ਐਕਚੁਅਲ ਜੇ ਗੱਲ ਕਰੀਏ ਉਹ ਐਡਵਰਟਾਈਜ਼ਮੈਂਟ ਵੈਬਸਾਈਟ ਦੇ ਤੌਰ 'ਤੇ ਕੀਤੀ ਜਾ ਰਹੀ ਵੈਬਸਾਈਟ 'ਤੇ ਉਹ ਚੀਜ਼ ਮੈਨਸ਼ਨ ਹੈ ਸਪਾਊਸ ਵੀਜ਼ਾ ਜਿਹੜਾ ਡਿਪੈਂਡੈਂਟ ਜਾਏਗਾ ਉਹ ਵਿਦ ਵਰਕ ਪਰਮਿਟ ਜਾਏਗਾ ਜੀ ਵੈਬਸਾਈਟ 'ਤੇ ਕਹਿੰਦੇ ਹੈਗੀ ਆ ਉਹ ਚੀਜ਼ ਪਾਈ ਵੀ ਗਈ ਜੀ ਬਿਲਕੁਲ ਹੈਗੀ ਐਕਚੁਅਲ ਉਹਦੇ ਵਿੱਚ ਸਕਸੈਸ ਰੇਟ ਕੀ ਹੈ ਕਿਹਨੂੰ ਮਿਲਦਾ ਹੈ ਉਹਦੇ ਬਾਰੇ ਕੀ ਕਹਿਣਾ ਅਗਰ ਡਿਪੈਂਡੈਂਟ ਦੀ ਤੁਸੀਂ ਸਿਰਫ ਗੱਲ ਕੀਤੀ ਆ ਬੇਸਿਕਲੀ ਉਹਦੇ ਵਾਸਤੇ ਜਿਹੜੀ ਮਿਨੀਮਮ ਕੁਆਲੀਫਿਕੇਸ਼ਨ ਉਹ ਗ੍ਰੈਜੂਏਸ਼ਨ ਚਾਹੀਦੀ ਆ ਪਲੱਸ 6.5 ਬੈਂਡ ਦੀ ਰਿਕੁਆਇਰਮੈਂਟ ਆ ਉਹਦੇ ਨਾਲ ਬਟ ਉਹਦੀ ਸਕਸੈਸ ਰੇਸ਼ੋ ਕੀ ਆਉਂਦੀ ਆ ਰਿਜ਼ਲਟ ਰੀਜ਼ਨ ਇਜ਼ ਦੈਟ ਉਹ ਜਿਹੜੀ ਚੀਜ਼ ਸਟਾਰਟ ਹੋਈ ਆ ਉਹ 1 April ਤੋਂ ਸਟਾਰਟ ਹੋਈ ਆ ਜੋ ਇੰਪਲੀਮੈਂਟ ਹੋ ਕੇ ਵੈਬਸਾਈਟ ਦੇ ਉੱਤੇ ਆਈ ਸੀ ਉਹਦਾ ਰਿਜ਼ਲਟ ਕੀ ਆਏਗਾ ਕਿੱਦਾਂ ਆਏਗਾ ਹਾਲੇ ਸਪਟੈਂਬਰ ਇਨਟੇਕ ਦੇ ਰਿਜ਼ਲਟ ਲਾਸਟ ਆਪਾਂ ਦੇਖਦੇ ਹਾਂ ਸਟੂਡੈਂਟ ਹੀ ਬੜਾ ਔਖਾ ਉਹਦਾ ਕਰੀਮ ਲੈਂਦੇ ਜੋ ਉਹਦਾ ਸਪਾਊਸ ਸਪਾਊਸ ਵਾਲੀ ਗੇਮ ਦੇਖੋ ਐਡਵਰਟਾਈਜ਼ ਬਹੁਤ ਸਾਰੀਆਂ ਕੰਪਨੀਆਂ ਸਟਾਰਟ ਹੋ ਗਈਆਂ ਨਾ ਉਹੀ ਜੋ ਚੀਜ਼ ਕਿ ਪ੍ਰੋਡਕਟ ਲਾਂਚ ਹੋਣਾ ਚਾਹੀਦਾ ਉਹਨੂੰ ਕਿੱਦਾਂ ਸਮਝਿਆ ਨਹੀਂ ਸਮਝਾਉਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਨਾ ਉਹ ਆਪ ਸਮਝਿਆ ਨਾ ਉਹਨੇ ਗਾਂ ਲੈਣ ਨੂੰ ਸਮਝਾਉਣਾ ਉਹਨੇ ਇਹੀ ਸਿਰਫ ਦੱਸਣਾ ਆ ਕਿ ਹਾਂ ਤੂੰ ਆਪਣੇ ਸਪਾਊਸ ਤੇ ਨਾਲ ਹੀ ਜਾਏਗਾ ਪਰ ਇੱਕ ਚੀਜ਼ ਦੱਸੋ ਦੇਖੋ ਤੁਸੀਂ ਕਾਫੀ ਲੰਬੇ ਸਮੇਂ ਤੋਂ ਬੱਚੇ ਨੂੰ ਕੈਨੇਡਾ ਦਾ ਵੀਜ਼ਾ ਲੈਣਾ ਇੰਨਾ ਔਖਾ ਆ ਤੇ ਸਪਾਊਸ ਨੂੰ ਨਾਲ ਤੁਸੀਂ ਕਿੱਦਾਂ ਲੈ ਕੇ ਜਾਓ ਦੇਖੋ ਤੁਹਾਨੂੰ ਵੀ ਪਤਾ ਤੁਸੀਂ ਬਹੁਤ ਲੰਬੇ ਸਮੇਂ ਤੋਂ ਇਸ ਇੰਡਸਟਰੀ ਦੇ ਨਾਲ ਪਤਾ ਵੀ ਹੁੰਦਾ ਵੀ ਇਹ ਚੀਜ਼ ਨਹੀਂ ਹੋ ਸਕਦੀ ਜੀ ਕਿਉਂ ਰਸ਼ ਇਕੱਠਾ ਕੀਤਾ ਜਾਂਦਾ ਫਿਰ ਉਹਨਾਂ ਦੇਖੋ ਮੈਂ ਤੁਹਾਨੂੰ ਦੱਸਦਾ ਜੀ ਇੱਕ ਸਟੂਡੈਂਟ ਘਰੋਂ ਆਉਂਦਾ ਨਾ ਚਾਹੇ ਉਹਦੇ ਪਲੱਸ 2 ਦੇ ਵਿੱਚ 50% ਵੀ ਮਾਰਕਸ ਨੇ ਬਟ ਅੱਜ ਦੀ ਡੇਟ ਦੇ ਥੋੜਾ ਜਿਹਾ ਬੱਚਾ ਸਿਆਣਾ ਇੰਨਾ ਜ਼ਰੂਰ ਹੋ ਗਿਆ ਜਿਹਦੇ 50% ਜਾਂ 55% ਮਾਰਕਸ ਨੇ ਉਹਨੂੰ ਘਰੋਂ ਪਤਾ ਲੱਗ ਗਿਆ ਮੇਰਾ ਕੈਨੇਡਾ ਦਾ ਵੀਜ਼ਾ ਨਹੀਂ ਲੱਗਣਾ ਬੜੀ ਸਿਆਣੀ ਗੱਲ ਆ ਅੱਜ ਦੇ ਬੱਚੇ ਦੀ ਉਹ ਇੰਨਾ ਕੁ ਐਡੂਕੇਟ ਜ਼ਰੂਰ ਹੋ ਗਿਆ ਚਾਹੇ ਇਸ ਟੀਵੀ ਦੇ ਸ਼ੋਅ ਤੋਂ ਹੋ ਗਿਆ ਜਾਂ ਕਿਤੋਂ ਵੀ ਉਹ ਐਡੂਕੇਟ ਹੋਇਆ ਇੰਨਾ ਉਹਨੂੰ ਜ਼ਰੂਰ ਪਤਾ ਲੱਗ ਗਿਆ ਕਿ ਜੇ ਮੈਂ ਕੈਨੇਡਾ ਅਪਲਾਈ ਕਰਨਾ ਮੇਰੇ ਮਿਨੀਮਮ 60% ਮਾਰਕਸ ਹੋਣੇ ਹੀ ਚਾਹੀਦੇ ਨੇ ਉਹ ਹੋਣਗੇ ਮੇਰਾ ਵੀਜ਼ਾ ਆਨ ਫਿਰ ਵੀ ਕੋਈ ਗਰੰਟੀ ਨਹੀਂ ਹੈ ਚਾਂਸਿਸ ਹੈਗੇ ਨੇ ਅਪਲਾਈ ਕਰੇਗਾ ਉਹਦਾ ਵੀਜ਼ਾ ਆ ਸਕਦਾ ਆ ਬਟ ਉਹਨੂੰ ਇੰਨਾ ਪਤਾ ਲੱਗ ਗਿਆ ਜੇ ਮੈਂ 50, 55, 57 ਦੇ ਉੱਤੇ ਵੀ ਬੈਠਾ ਤੇ ਮੇਰਾ ਵੀਜ਼ਾ ਓਪਨਲੀ ਉਹਨੂੰ ਪਤਾ ਲੱਗ ਗਿਆ ਤੇ ਉਹ ਬੱਚਾ ਆਪਣਾ ਟਾਈਮ ਵੇਸਟ ਨਹੀਂ ਕਰ ਰਿਹਾ ਸੋ ਸੇਮ ਚੀਜ਼ ਅਗਰ ਆਪਾਂ ਲੈ ਕੇ ਚੱਲੀਏ ਕਿ ਕੈਨੇਡਾ ਦੀ ਹਰ ਬੱਚੇ ਦੇ ਮਾਈਂਡ ਦੇ ਵਿੱਚ ਫਸਟ ਕੁਐਸਚਨ ਇਹੀ ਹੁੰਦਾ ਪਲੱਸ 2 ਦਾ ਜਦ ਤੱਕ ਰਿਜ਼ਲਟ ਉਹਦਾ ਨਹੀਂ ਆਇਆ ਸੀ ਕਿ ਮੈਂ ਕੈਨੇਡਾ ਹੀ ਜਾਣਾ ਉਹਦੀ ਆਇਲਸ ਦੀ ਪ੍ਰੈਪਰੇਸ਼ਨ ਉਹਦੇ ਅਕੋਰਡਿੰਗਲੀ ਹੋ ਰਹੀ ਸੀ ਉਹਦੇ ਮਾਈਂਡ ਦੇ ਵਿੱਚ ਬਟ ਹੁਣ ਰਿਜ਼ਲਟ ਆ ਗਏ ਆ ਸੈਕਿੰਡ ਆਪਸ਼ਨ ਦੇ ਵਿੱਚ ਉਹ ਆਸਟ੍ਰੇਲੀਆ ਨੂੰ ਲੈ ਕੇ ਚੱਲਦਾ ਜਾਂ ਨਿਊਜ਼ੀਲੈਂਡ ਨੂੰ ਲੈ ਕੇ ਜਾਂਦਾ ਜਾਂ ਫਰਦਰ ਨੂੰ ਨਹੀਂ ਸਰ ਅੱਜ ਵੀ ਕਈ ਹੈਗੇ ਆ ਚਾਹੇ 55% ਨੇ ਜਾਂ 60 ਤੋਂ ਥੱਲੇ ਨੇ ਟਰਾਈ ਜ਼ਰੂਰ ਇੱਕ ਵਾਰੀ ਕਰਨਾ ਚਾਹੁੰਦੇ ਹਾਂ ਉਹੀ ਗੱਲ ਆ ਗਈ ਨਾ ਕਿ ਜਾਣਾ ਇੱਕ ਵਾਰੀ ਕੈਨੇਡਾ ਲਾ ਦਿਓ ਜੇ ਉਹ ਬੱਚਾ ਇੱਦਾਂ ਹੀ ਆ ਸੇਮ ਚੀਜ਼ ਜਦੋਂ ਪਤਾ ਲੱਗ ਗਿਆ ਅੱਛਾ ਕੈਨੇਡਾ ਸਪਾਊਸ ਜਾ ਸਕਦੇ ਨੇ ਸੇਮ ਚੀਜ਼ ਨੂੰ ਲੈ ਕੇ ਚੱਲੀਏ ਸੇਮ ਉਹੀ ਭੇਡ ਚੱਲ ਦੇਖੋ ਸਾਡੇ ਕੋਲ ਬੰਦਾ ਆਏਗਾ ਅਸੀਂ ਐਲੀਜੀਬਿਲਟੀ ਨਹੀਂ ਜੀ ਉਹਦੀ ਸਕਸੈਸ ਰੇਸ਼ੋ ਹੈ ਨਹੀਂ ਮਤਲਬ ਕਿ ਅਗਰ ਮੈਂ ਗੱਲ ਕਰਾਂ ਪਿੱਛੇ ਜੇ ਮੈਂ ਅੱਜ ਤੱਕ ਕਦੀ ਵੀ ਕੈਨੇਡਾ ਦਾ ਸਕੂਲਿੰਗ ਵੀਜ਼ਾ ਲੱਗਾ ਨਹੀਂ ਦੇਖਿਆ ਮੈਨੂੰ ਇੰਨਾ ਲੰਬਾ ਅਰਸਾ ਹੋ ਗਿਆ 8-9 ਸਾਲ ਹੋ ਗਏ ਲਗਾਤਾਰ ਇਸ ਇੰਡਸਟਰੀ 'ਚ ਕੰਮ ਕਰਦੇ ਨੂੰ ਮੈਂ ਅੱਜ ਤੱਕ ਨਹੀਂ ਦੇਖਿਆ ਉਹਨੂੰ ਐਡਵਰਟੀਜ਼ਮੈਂਟ ਕਰਕੇ ਉਹ ਵੀ ਅੱਜ ਦੀ ਡੇਟ ਦੇ ਵਿੱਚ ਵੇਚਿਆ ਜਾਂਦਾ ਸ਼ਾਇਦ ਤੁਸੀਂ ਵੀ ਨਹੀਂ ਦੇਖਿਆ ਹੋਊਗਾ ਸਕੂਲ ਦਾ ਲੱਗਾ ਵੀਜ਼ਾ ਸਰ ਇਹੀ ਚੀਜ਼ਾਂ ਨੇ ਜੋ ਐਕਚੁਅਲ ਦੇ ਵਿੱਚ ਚੀਜ਼ਾਂ ਨਹੀਂ ਹੁੰਦੀਆਂ ਬਟ ਵੈਬਸਾਈਟ ਤੋਂ ਚੱਕ ਕੇ ਉਹਨਾਂ ਦੇ ਕੁਝ ਪੁਆਇੰਟਸ ਉਹਨੂੰ ਐਡਵਰਟਾਈਜ਼ ਕੀਤਾ ਜਾਂਦਾ ਉਹਦੇ ਐਕਚੁਅਲ ਰਿਜ਼ਲਟਸ ਕੀ ਨੇ ਸਕਸੈਸ ਕੀ ਹੈ ਰੂਰਲ ਰੈਗੂਲੇਸ਼ਨਸ ਕੀ ਨੇ ਉਹਨੂੰ ਸਮਝਣ ਦੀ ਜਾਂ ਸਮਝਾਉਣ ਦੀ ਕੋਸ਼ਿਸ਼ ਨਹੀਂ ਰਹਿੰਦੀ ਸੋ ਅਸੀਂ ਵੱਖ ਵੱਖ ਸਮੇਂ 'ਤੇ ਇਹੀ ਉਪਰਾਲਾ ਕਰਦੇ ਹਾਂ ਵੀ ਜਿੰਨਾ ਸਮਾਂ ਸਾਡੇ ਕੋਲ ਸ਼ੋਅ ਦਾ ਹੁੰਦਾ ਉਹਦੇ ਵਿੱਚ ਐਕਸਪਰਟਸ ਨਾਲ ਵੱਧ ਤੋਂ ਵੱਧ ਜਿਹੜੀਆਂ ਗੱਲਾਂ ਕਰੀਏ ਤਾਂ ਕਿ ਸਹੀ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ ਅੱਜ ਵੀ ਇਹੀ ਕੋਸ਼ਿਸ਼ ਕੀਤੀ ਗਈ ਹੈ ਕਿਉਂਕਿ ਸਟੂਡੀਓ ਦੀਆਂ ਘੜੀਆਂ ਨਹੀਂ ਅਲਾਓ ਕਰ ਰਹੀਆਂ ਡਿਸਕਸ਼ਨ ਅੱਗੇ ਵਧਾਉਣ ਲਈ ਬਟ ਕੋਸ਼ਿਸ਼ ਇਹੀ ਰਹੀ ਹੈ ਲਵੀਸ਼ ਜੀ ਦੁਆਰਾ ਸਾਰੀ ਜਾਣਕਾਰੀ ਜਿੰਨੀ ਵੀ ਤੁਸੀਂ ਸਾਡੇ ਤੱਕ ਸਵਾਲ ਜਵਾਬ ਦੇ ਰਹੀਏ ਵੱਧ ਤੋਂ ਵੱਧ ਤੁਹਾਡੇ ਤੱਕ ਪਹੁੰਚਾਈ ਜਾ ਸਕੇ ਕੁਛ ਰਹਿ ਗਿਆ ਹੋਵੇ ਤਾਂ 1, 2, 3 ਜੂਨ ਨੂੰ ਇਹਨਾਂ ਦੇ ਸੈਮੀਨਾਰਸ ਨੇ 1 ਨੂੰ ਜਲੰਧਰ 2 ਨੂੰ ਅੰਮ੍ਰਿਤਸਰ 3 ਨੂੰ ਮੋਗਾ ਉੱਥੇ ਵਿਜ਼ਿਟ ਕਰਕੇ ਜਾਣਕਾਰੀ ਸਾਂਝੀ ਕਰ ਸਕਦੇ ਹੋ ਮੇਰੇ ਕੋਲ ਸ਼ੋਅ ਦਾ ਸਮਾਂ ਨਹੀਂ ਅਲਾਓ ਕਰ ਰਿਹਾ ਡਿਸਕਸ਼ਨ ਅੱਗੇ ਵਧਾਉਣ ਲਈ ਲਵੀ ਜੀ ਅੱਜ ਦੇ ਸ਼ੋਅ ਦੇ ਵਿੱਚ ਆਉਣ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ ਅਮਨ ਜੀ ਧੰਨਵਾਦ ਸਾਰੀ ਦਰਸ਼ਕਾਂ ਦਾ ਟੈਕਨੀਕਲ ਟੀਮ ਦਾ ਅੱਜ ਦੇ ਸ਼ੋਅ ਨੂੰ ਇੱਥੇ ਖਤਮ ਕਰਦੇ ਹਾਂ ਆਪਣੇ ਦੋਸਤ ਅਮਨ ਦੇਵ ਜੀ ਦਾ ਧੰਨਵਾਦ ਸਤਿ ਸ਼੍ਰੀ ਅਕਾਲ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂਕੇ ਅਤੇ ਯੂਐਸਏ ਜਾ ਕੇ ਪੜਨ ਵਾਲੇ ਸਟੂਡੈਂਟਸ ਲਈ ਫਿਊਚਰ ਪੁਆਇੰਟ ਲੈ ਕੇ ਆਏ ਨੇ ਵਰਲਡ ਐਜੂਕੇਸ਼ਨ ਫੇਅਰ ਜਿੱਥੇ ਉਹ ਪਾ ਸਕਦੇ ਨੇ ਔਨ ਸਪਾਟ ਅਸੈਸਮੈਂਟ ਅਤੇ ਐਪਲੀਕੇਸ਼ਨ ਫੀਸ ਉੱਪਰ 15,000 ਤੱਕ ਦੀ ਛੂਟ ਆਇਲਸ ਕਰ ਰਹੇ ਸਟੂਡੈਂਟਸ ਵੀ ਅਪਲਾਈ ਕਰ ਸਕਦੇ ਹਨ 1 ਜੂਨ ਹੋਟਲ ਪ੍ਰੈਜ਼ੀਡੈਂਟ ਪੁਲਿਸ ਲਾਈਨਸ ਰੋਡ ਜਲੰਧਰ 2 ਜੂਨ ਐਮਕੇ ਹੋਟਲ ਰਣਜੀਤ ਐਵੇਨਿਊ ਅੰਮ੍ਰਿਤਸਰ 3 ਜੂਨ ਹੋਟਲ ਬੈਨ ਜੀਟੀ ਰੋਡ ਮੋਗਾ ਕਾਲ